ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਰਣ ਹੈ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਛ ਕਹੀ ਨ ਜਾਈ ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੁ ਰਾਮਦਾਸ ਕੋ ਮਿਲੀ ਬੜਾਈ ਗੁਰੂ ਅਮਰਦਾਸ ਆਂਗ ਰਾਮੀ ਨਜ਼ਾਦ ਜੇ ਅਫਜ਼ਾਲੇ ਹੱਕੋ ਹਸਤੀ ਅਸ਼ਰਾ ਮੁਆਦ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਗੁਰਦੁਆਰਾ ਬੌਲੀ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਅਕਾਲ ਪੁਰਖ ਦੇ ਤੀਸਰੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦਾ 450 ਸਾਲਾ ਜੋਤੀ ਜੋਤ ਦਿਵਸ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ 450 ਸਾਲਾ ਗੁਰਤਾ ਗੱਦੀ ਦਿਵਸ, ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਆਓ ਗੁਰਬਾਣੀ ਦੀ ਰੌਸ਼ਨੀ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਗੁਰੂ ਰਾਮਦਾਸ ਪਾਤਸ਼ਾਹ ਦੇ ਗੀਤ ਗਾ ਕੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਇਹ ਬੋਲ ਪ੍ਰਗਟ ਨੇ, ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਿਸ ਪਰਮੇਸ਼ਵਰ ਦੀ ਜੋਤ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਰੌਸ਼ਨੀ ਪ੍ਰਫੁੱਲਤ ਕਰਦੀ ਹੈ, ਸਭ ਸੂਰਜ ਚੰਦ ਤਾਰੇ ਜਿਸ ਦੇ ਆਸਰੇ ਨੇ, ਜਿਹਦੇ ਬਾਰੇ ਕਥਨ ਹੈ ਵੀ ਆਕਾਰ ਧਾਰ ਕੇ ਨਹੀਂ ਆਉਂਦਾ,
ਭੱਟ ਸਾਹਿਬਾਨ ਕਹਿੰਦੇ ਨੇ ਉਹ ਪਰਮੇਸ਼ਵਰ, ਉਹ ਨਾਰਾਇਣ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਇਸ ਰੂਹੇ ਜ਼ਮੀਨ 'ਤੇ ਪ੍ਰਗਟ ਹੋਏ। ਔਰ ਜਿਹੜਾ ਗੁਰੂ ਅਮਰਦਾਸ ਜੀ ਦੇ ਚਰਨ ਪਰਸੇਗਾ, ਜਨਮਾਂ ਜਨਮੰਤਰਾਂ ਦਰਮਿਆਨ ਉਹਦੇ ਕੀਤੇ ਹੋਏ ਪਾਪ, ਇਸ ਜਨਮ ਦਰਮਿਆਨ ਉਹਦੇ ਰੋਗ, ਉਹਦੇ ਸੋਗ ਮਿਟ ਜਾਣਗੇ। 84 ਦਾ ਗੇੜ ਉਹਦਾ ਮੁੱਕੇਗਾ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ। ਪੋਹਮ ਪਾਤਕ ਪਿਛਲੇ ਜਨਮਾਂ ਦੇ ਪਾਪ ਜਾਂ ਅੱਜ ਤੋਂ ਪਿੱਛੇ ਕੀਤੇ ਹੋਏ ਪਾਪ। ਕਦਮ ਬੋਸੀ ਕਰਕੇ ਗੁਰੂ ਅਮਰਦਾਸ ਦੀ ਮਿਟ ਜਾਂਦੇ ਨੇ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ ਹੈ। ਬੜੇ ਬੜੇ ਮਨ ਨੂੰ ਕਾਬੂ ਕਰਨ ਵਾਲੇ ਮਹਾਂਪੁਰਸ਼ ਜਿਨ੍ਹਾਂ ਸਿੱਧੀਆਂ ਹਾਸਲ ਕੀਤੀਆਂ ਜਾਂ ਜੋ ਹਜੇ ਸਾਧਕ ਨੇ, ਸਾਧਨਾ ਕਰਦੇ ਨੇ, ਉਹ ਗੁਰੂ ਅਮਰਦਾਸ ਦੇ ਨਿਰਗੁਣ ਸਰੂਪ ਨੂੰ ਪਰਸ ਰਹੇ ਨੇ ਅਜ਼ਮਤਾਂ ਹਾਸਲ ਕਰਨ ਦੇ ਲਈ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਜਿਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਪਰਸਿਆ ਹੈ ਉਹਦੇ 'ਤੇ ਐਸੀ ਨਦਰੇ ਨਿਆਮਤ ਹੋ ਗਈ। ਪਉ ਮੁੱਕ ਹੈ ਪੈਂਡਾ ਜਿਹੜਾ ਹੈ 84 ਲੱਖ ਜੂਨਾਂ ਦਾ, ਉਹ ਮੁੱਕ ਜਾਂਦਾ ਹੈ। ਜਿਵੇਂ ਗਾਥਾ ਪ੍ਰਚਲਿਤ ਹੈ ਸਿੱਖ ਜਗਤ ਵਿੱਚ ਵੀ ਜਿਹੜਾ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਆ ਕੇ ਇਸ਼ਨਾਨ ਕਰਦਾ ਹੈ, ਮਨ ਦਾ ਇਸ਼ਨਾਨ ਬਾਣੀ ਵਿੱਚ ਕਰਵਾਉਂਦਾ ਹੈ, ਤਨ ਦਾ ਇਸ਼ਨਾਨ ਅੰਮ੍ਰਿਤ ਜਲ ਵਿੱਚ ਕਰਵਾਉਂਦਾ ਹੈ, ਉਹਦੀ 84 ਕੱਟੀ ਜਾਂਦੀ ਹੈ। ਬਾਣੀ ਇਹ ਦਾਵਾ ਕਰਦੀ ਹੈ ਗਉ ਚੁੱਕ ਹੈ, ਆਵਾਗਮਨ ਵਾਕਿਆ ਹੀ ਮੁੱਕਦਾ ਹੈ ਜਿਹੜਾ ਗੁਰੂ ਅਮਰਦਾਸ ਦੇ ਚਰਨ ਪਰਸਦਾ ਹੈ। ਵਿਲ ਬੀ ਮੈਂਸੀਪੇਟਡ, 84 ਲੱਖ ਜੂਨਾਂ ਤੋਂ ਮੁਕਤੀ ਹਾਸਲ ਕਰੇਗਾ। ਤੋ ਐਸੀ ਬੁਲੰਦ ਹਸਤੀ ਹੈ ਗੁਰੂ ਅਮਰਦਾਸ ਦੀ, ਅਗਮ ਅਲਖ ਕਾਰਣ ਪੁਰਖ। ਜੋ ਫੁਰਮਾਵਹਿ ਸੋ ਕਹੋ। ਭੱਟ ਕਹਿੰਦੇ ਸਾਨੂੰ ਜੋ ਵਾਹਿਗੁਰੂ ਨੇ ਸਿੱਖਿਆ ਬਖਸ਼ੀ, ਜੋ ਜ਼ਿਹਨ ਵਿੱਚ ਅਲਫਾਜ਼ ਪੈਦਾ ਕੀਤੇ ਉਹੀ ਆਖਾਂਗੇ। ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖਹਿ ਤਿਵ ਰਹੋ। ਕਾਰਨ ਕਰਨ ਕ੍ਰੀਏਟਰ ਡੂਅਰ, ਜਿਹਨੇ ਦੁਨੀਆ ਬਣਾਈ, ਦੁਨੀਆ ਨੂੰ ਪਾਲਦਾ ਹੈ ਪਰਮਾਤਮਾ, ਕਹਿੰਦੇ ਉਹੀ ਗੁਰੂ ਅਮਰਦਾਸ ਬਣ ਕੇ ਇਸ ਰੂਹੇ ਜ਼ਮੀਨ 'ਤੇ ਪ੍ਰਗਟ ਹੋਏ। ਤੂੰ ਐਵੇਂ ਆਪਣੇ ਵਾਂਗੂ ਮਾਮੂਲੀ ਚੰਮ ਦਾ ਲਿਫਾਫਾ ਨਾ ਸਮਝ ਲਿਓ ਗੁਰੂ ਅਮਰਦਾਸ ਨੂੰ। ਅਕਾਲ ਸਰੂਪ ਸਨ, ਅਕਾਲ ਪੁਰਖ ਅਤੇ ਉਹਨਾਂ ਦਰਮਿਆਨ ਕੇਵਲ ਸਰੀਰ ਦਾ ਫਾਸਲਾ ਹੈ। ਵਾਹਿਗੁਰੂ ਜੋਤ ਹੈ, ਗੁਰਦੇਵ ਚੋਲਾ ਨੇ, ਐਡੀ ਵੱਡੀ ਹਸਤੀ ਹੈ
ਹਿੰਦੁਸਤਾਨ ਦਾ ਜਦੋਂ ਇਤਿਹਾਸ ਪੜ੍ਹੀਏ, ਜਿੰਨੇ ਵੀ ਮੁਗਲੀਆ ਸਲਤਨਤ ਦੇ ਬਾਦਸ਼ਾਹ ਹੋਏ ਨੇ, ਉਹਨਾਂ 'ਚੋਂ ਸਭ ਤੋਂ ਲੰਬੇਰਾ ਰਾਜ ਅਕਬਰ ਬਾਦਸ਼ਾਹ ਦਾ ਰਿਹਾ ਜਾਂ ਔਰੰਗਜ਼ੇਬ ਦਾ ਰਿਹਾ? ਕਿਧਰੇ ਦਿੱਲੀ ਤੋਂ ਲਾਹੌਰ ਵੱਲ ਨੂੰ ਜਾਂਦਿਆਂ ਬਿਆਸਾ ਦਰਿਆ ਨੂੰ ਪਾਰ ਕਰਕੇ ਗੁਰੂ ਅਮਰਦਾਸ ਜੀ ਦੀ ਕਦਮ ਬੋਸੀ ਕਰਨ, ਅਕਬਰ ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਇਆ ਅਤੇ ਉਹ ਸਿੱਖਾਂ ਨੂੰ ਕਹਿੰਦਾ ਦਰਸ਼ਨ ਕਰਵਾਓ ਗੁਰਾਂ ਦੇ, ਅਤੇ ਗੁਰਾਂ ਦਾ ਹੁਕਮ ਮਿਲ ਗਿਆ, ਪਹਿਲੇ ਪੰਗਤ ਪਾਛੇ ਸੰਗਤ। ਜਦੋਂ ਪੰਗਤ ਵਿੱਚ ਬੈਠ ਕੇ ਸਫ਼ਾ 'ਤੇ ਬੈਠ ਕੇ ਬਿਨਾਂ ਕਿਸੇ ਜਾਤ ਬਿਨਾਂ ਕਿਸੇ ਰੁਤਬੇ ਦੇ ਅਹੰਗ ਤੋਂ ਲੰਗਰ ਛਕਿਆ, ਬੜਾ ਆਨੰਦਿਤ ਹੋਇਆ ਅਤੇ ਖੁਸ਼ ਹੋ ਕੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਸੰਗਤ ਕਰਨ ਆਇਆ ਅਤੇ ਮਹਾਰਾਜ ਨੂੰ ਬੇਨਤੀ ਕਰਦਾ ਹੈ, ਮਹਾਰਾਜ ਤੁਹਾਡੀ ਸੰਗਤ ਵਿੱਚ ਰਾਜਾ ਰੰਕ ਇਕੱਠੇ ਬਹਿ ਕੇ ਭੋਜਨ ਛਕਦੇ ਨੇ, ਸਫ਼ਾ 'ਤੇ ਬਹਿੰਦੇ ਨੇ। ਅੱਜ ਕੱਲ੍ਹ ਗੁਰਦੁਆਰਿਆਂ 'ਚ ਬੜਾ ਰਿਵਾਜ ਚੱਲਿਆ, ਹਜੇ ਪਿੰਡਾਂ ਵਾਲੇ 'ਤੇ ਆਪਾਂ ਬਚੇ ਹਾਂ, ਸ਼ਹਿਰਾਂ 'ਚ ਮੈਟਰੋ ਟਾਊਨਸ 'ਚ ਕੁਰਸੀਆਂ ਬੜੀਆਂ ਡਾਉਂਦੇ ਨੇ, ਗੁਰੂ ਘਰ ਲੰਗਰ ਵਿੱਚ ਵੀ ਡਾਹ ਲੈਂਦੇ ਨੇ। ਫਿਰ ਪੁੱਛਣਗੇ ਜੀ ਬਾਣੀ ਵਿੱਚ ਕਿੱਥੇ ਲਿਖਿਆ ਹੈ ਗੁਰੂ ਦਰਬਾਰ ਵਿੱਚ ਕੁਰਸੀ ਨਹੀਂ ਡਾਉਣੀ ਜਾਂ ਭੁੰਜੇ ਬਹਿਣਾ ਹੈ? ਸਿੱਧੇ ਜਿਹੇ ਅਲਫਾਜ਼ ਨੇ, ਹਰ ਨਾਮੈ ਕੇ ਹੋਵਹ ਜੋੜੀ, ਗੁਰਮੁਖ ਬੈਸੋ ਸਫ਼ਾ ਵਿਛਾਏ। ਸਫ਼ਾ ਲਫ਼ਜ਼ ਅਰਬੀ ਦਾ ਹੈ, ਵਰਤਿਆ ਗੁਰਮੁਖੀ 'ਚ ਗਿਆ ਹੈ। ਜਦੋਂ ਰਾਜੇ ਲੋਕ ਬਸਾਤ ਖੇਡਦੇ ਸਨ, ਸ਼ਤਰੰਜ ਚੌਪੜ ਖੇਡਦੇ ਸਨ ਅਤੇ ਉਹ ਸਫ਼ਾ ਵਿਛਾਉਂਦੇ ਸੀ, ਦਰੀ ਉਹਦੇ 'ਤੇ ਬਹਿੰਦੇ ਸਨ। ਤਾਂ ਕਹਿੰਦੇ ਗੁਰਮੁਖੋ ਗੁਰੂ ਕੇ ਸਿੱਖੋ, ਜਦੋਂ ਤੁਸੀਂ ਬਹਿਣਾ ਹੈ ਸਫ਼ਾ 'ਤੇ ਬਹਿਣਾ ਹੈ, ਕੁਰਸੀ ਡਾਹ ਕੇ ਬਹਿਣਾ ਕਿਤੇ ਨਹੀਂ ਲਿਖਿਆ ਬਾਣੀ 'ਚ। ਰਾਜ ਦਰਬਾਰ 'ਚ ਰਾਜੇ ਦਾ ਹੀ ਤਖ਼ਤ ਹੁੰਦਾ ਹੈ, ਬਾਕੀ ਭਿਖਾਰੀ ਸਾਹਿਬ ਭੁੰਜੇ ਹੀ ਬਹਿੰਦੇ ਨੇ। ਤੋ ਸਿੱਧੇ ਜੇ ਅਲਫਾਜ਼ ਬਾਣੀ 'ਚ ਲਿਖੇ ਹੋਏ ਨੇ ਵੀ ਭੁੰਜੇ ਬੈਠਣਾ ਹੈ, ਚਾਹੇ ਪੰਗਤ ਹੈ ਅਤੇ ਚਾਹੇ ਸੰਗਤ ਹੈ, ਅਤੇ ਬਾਕੀ ਕੁਰਸੀਆਂ 'ਤੇ ਬਹਿਣ ਵਾਲਿਆਂ ਦੀ ਹਸਤੀ ਅਕਬਰ ਬਾਦਸ਼ਾਹ ਨਾਲੋਂ ਤਾਂ ਵੱਡੀ ਹੈ ਨਹੀਂ, ਅਤੇ ਨਾ ਕੱਪੜੇ ਹੀ ਉਹਦੇ ਨੂੰ ਮਹਿੰਗੇ ਨੇ ਜਿਹੜੇ ਲਿਬੜ ਜਾਣਗੇ ਤੁਹਾਡੇ। ਅਤੇ ਸਿਧਾਂਤ ਇਹ ਵੀ ਨਹੀਂ ਕਹਿੰਦਾ ਧਰਮ ਦਾ ਵੀ ਕੁੱਟਣੀ ਲੱਗ ਪਓ ਕਿਸੇ ਨੂੰ ਜੇ ਕੋਈ ਕੁਰਸੀ 'ਤੇ ਬੈਠਾ ਹੈ, ਇਹ ਕਾਨੂੰਨ ਨਹੀਂ ਹੈ, ਛੇਤਰ ਨਾਲ ਲਾਗੂ ਹੋਵੇਗਾ, ਇਹ ਧਰਮ ਹੈ, ਇਹ ਪ੍ਰੇਮ ਨਾਲ ਲਾਗੂ ਹੁੰਦਾ ਹੈ। ਹੁਣ ਤੁਹਾਡਾ ਨਿਆਣਾ ਰੈੱਡ ਲਾਈਟ ਕ੍ਰੋਸ ਕਰੇ ਅਤੇ ਉਹ ਪੁਲਿਸ ਵਾਲੇ ਨਾਲੇ ਦਬਕਾ ਮਾਰਦੇ, ਕਦੀ ਚਪੇੜ ਵੀ ਛੱਡਦੇ, ਨਾਲੇ ਟਿਕਟ ਦਿੰਦੇ ਨੇ, ਕਾਨੂੰਨ ਹੈ, ਧੱਕੇ ਨਾਲ ਲਾਗੂ ਹੁੰਦਾ ਹੈ। ਧਰਮ ਦੇ ਵਿੱਚ ਕਿਧਰੇ ਵੱਜਰ ਕਰਾਇਤ ਵੀ ਹੋ ਜੇ ਅਤੇ ਫਿਰ ਵੀ ਸਿਧਾਂਤ ਇਹ ਹੈ ਵੀ ਪੰਜਾਂ ਪਿਆਰਿਆਂ ਦੇ ਪੇਸ਼ ਹੋ, ਉਹ ਸਜ਼ਾ ਨਹੀਂ ਲਾਉਂਦੇ, ਤਨਖਾਹ ਲਾਉਂਦੇ ਨੇ। ਅੱਜ ਕੱਲ੍ਹ ਕੋਈ ਗਲਤੀ ਕਰੇ ਨਾ, ਬੱਜਰ ਗਲਤੀ ਕਰੇ ਜਾਂ ਕੋਈ ਹਲਕੀ ਗਲਤੀ ਕਰੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸਿੰਘ ਸਾਹਿਬ ਤਨਖਾਹ ਲਾਉਣ ਵੀ ਤੂੰ ਪੰਜ ਪਾਠ ਜਪਜੀ ਸਾਹਿਬ ਦੇ ਕਰ ਜਾਂ ਭਾਂਡੇ ਮਾਂਜ,
ਅਤੇ ਸਾਡੇ ਲੋਕ ਟਿੱਚਰਾਂ ਕਰਦੇ ਨੇ। ਅਖੇਰੀ ਬਾਣੀ ਪੜ੍ਹਨਾ ਸਜ਼ਾ ਹੈ, ਭਾਂਡੇ ਮਾਂਜਣੇ ਸਜ਼ਾ ਹੈ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਗੱਲ ਇਹ ਹੈ ਵੀ ਜਿਹੜਾ ਸਾਡੇ ਧੜੇ ਦਾ ਹੈ ਉਹਨੂੰ ਮਾਫ਼ ਕਰ ਦਿਓ, ਜਿਹੜਾ ਓਪੋਜ਼ਿਟ ਹੈ ਉਹਨੂੰ ਫਾਂਸੀ ਦੀ ਸਜ਼ਾ ਸੁਣਾ ਦਿਓ। ਇਹ ਅਕਾਲ ਤਖ਼ਤ ਹੈ ਜਿੱਥੇ ਦ੍ਰਵਿਤ ਹਿਰਦੇ ਨਾਲ ਫੈਸਲਾ ਲਈਦਾ, ਦਿੱਲੀ ਦਾ ਤਖ਼ਤ ਨਹੀਂ ਹੈ ਜਿੱਥੋਂ ਫਾਂਸੀ ਜਾਰੀ ਹੁੰਦੀ ਹੈ। ਇੱਥੇ ਤਨਖਾਹ ਲਾਈ ਦੀ ਹੈ ਭਾਈ, ਤੂੰ ਕੀਤੀ ਹੈ ਬੱਜਰ ਕੁਰਹਿਤ, ਜਪਜੀ ਜਾਪ ਸਵਈਏ ਬਾਣੀ ਪੜ੍ਹ, ਉੱਥੇ ਭਾਂਡੇ ਮਾਰ, ਤੇਰੇ ਮਨ ਦੀ ਮੈਲ ਲਹਿ ਜਾਵੇ ਜਿਵੇਂ ਭਾਂਡੇ ਚਮਕਣ, ਤੇਰਾ ਮਨ ਚਮਕੇ ਅਤੇ ਅੱਗੇ ਤੋਂ ਪੁੱਠਾ ਕਰਮ ਨਾ ਕਰੇ। ਇਹ ਹੈ ਸਜ਼ਾ ਦਾ ਸਿਧਾਂਤ, ਇਹ ਹੈ ਅਕਾਲ ਤਖ਼ਤ ਸਾਹਿਬ ਦੀ ਤਨਖਾਹ ਦਾ ਸਿਧਾਂਤ, ਜੋ ਸਰਣੇ ਆਵੇ ਤਿਸ ਕੰਠ ਲਾਵੇ। ਇੱਕੋ ਉਦਾਹਰਣ ਦੇਣਗੇ ਜੀ, ਅਕਾਲੀ ਫੂਲਾ ਸਿੰਘ ਨੇ ਕੋਰੜਿਆਂ ਦੀ ਸਜ਼ਾ ਸੁਣਾਈ, ਜੇ ਮਾਰੇ ਹੋਣ ਤਾਂ ਦੱਸਿਓ ਰਾਜਾ ਰਣਜੀਤ ਸਿੰਘ ਦੇ। ਸਜ਼ਾ ਸੁਣਾਈ ਗਈ, ਜਦੋਂ ਸਿਰ ਝੁਕਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਅਕਾਲੀ ਫੂਲਾ ਸਿੰਘ ਕਹਿੰਦੇ ਮਸਲਾ ਤਾਂ ਅਹੰਗ ਦਾ ਹੈ, ਤੁਸੀਂ ਝੁਕ ਗਏ ਹੋ ਅਤੇ ਸਜ਼ਾ ਕਾਹਦੀ? ਤੋ ਅਕਾਲ ਤਖ਼ਤ ਮੁਆਫ਼ੀ ਬਖਸ਼ਦਾ ਹੈ, ਫਾਂਸੀ ਨਹੀਂ ਦਿੰਦਾ। ਤੋ ਯਾਦ ਰੱਖਿਓ, ਧਰਮ ਪ੍ਰੇਮ ਨਾਲ ਲਾਗੂ ਹੁੰਦਾ ਹੈ, ਛਿੱਤਰ ਨਾਲ ਲਾਗੂ ਨਹੀਂ ਹੁੰਦਾ। ਸਫ਼ਾ 'ਤੇ ਬਹਿਣਾ ਇਹ ਸਿਧਾਂਤ ਹੈ। ਹਾਂ, ਜੇ ਕਿਸੇ ਦੇ ਗੋਡੇ ਬਦਲੇ ਹੋਏ ਨੇ, ਚੂਲਾ ਪਿਆ ਹੋਇਆ ਹੈ, ਕੋਈ ਮੁਸ਼ਕਲ ਹੈ, ਔਰ ਰਾਜ ਦਰਬਾਰ ਤੋਂ ਬਾਹਰ ਕੁਰਸੀ ਡਾਹ ਲਓ ਭਾਈ, ਨਾਲੇ ਗੁਰੂ ਦੇ ਦਰਸ਼ਨ ਕਰੋ, ਨਾਲੇ ਬਾਣੀ ਸੁਣੋ। ਪਰ ਗੁਰੂ ਦੇ ਸਾਵੇਂ ਕੁਰਸੀ ਨਹੀਂ ਡਹਿ ਸਕਦੀ, ਇਹ ਗੁਰੂ ਦਾ ਹੁਕਮ ਹੈ। ਮੰਨ ਲਓ ਕੋਈ BDS ਹੈ, ਡਾਕਟਰ ਹੈ, ਕੋਈ ਫਿਜ਼ੀਓਥੈਰੇਪਿਸਟ ਹੈ। ਹੁਣ ਦੰਦਾਂ ਵਾਲਾ ਡਾਕਟਰ ਜਾ ਕੇ ਹੱਡੀਆਂ ਵਾਲੇ ਡਾਕਟਰ ਨੂੰ ਆਖੇ ਵੀ ਅੱਜ ਤੇਰੇ ਦਫ਼ਤਰੇ ਮੈਂ ਮਾਲਸ਼ ਮੂਲਸ਼ ਕਰ ਦਿੰਦਾ, ਤੋ BDS ਉਹਨੂੰ ਟੋਕੇਗਾ ਵੀ ਇਹ ਤੇਰੀ ਫੀਲਡ ਨਹੀਂ ਹੈ, ਤੇਰਾ ਸਿਧਾਂਤ ਲਾਗੂ ਨਹੀਂ ਹੋਣਾ, ਆਪਣੇ ਆਫਿਸ ਜਾ ਅਤੇ ਆਪਣਾ ਕੰਮ ਕਰ। ਇਹ ਗੁਰੂ ਦਾ ਸਿਧਾਂਤ ਹੈ, ਗੁਰੂ ਨੇ ਸਫ਼ਾ ਦਾ ਹੁਕਮ ਕੀਤਾ ਹੈ, ਤੁਹਾਡੇ ਘਰ ਦਾ ਸਿਧਾਂਤ ਇੱਥੇ ਲਾਗੂ ਨਹੀਂ ਹੁੰਦਾ। ਜਿਹਦੀ ਆਪਦੇ ਘਰ ਨਹੀਂ ਚੱਲਦੀ ਉਹ ਗੁਰੂ ਘਰ ਮਰਿਆਦਾ ਬਦਲਣ ਆ ਜਾਂਦੇ ਨੇ। ਜੇ ਤੁਹਾਨੂੰ ਆਪਣੇ ਘਰ 'ਚ ਆਪਣਾ ਸਿਧਾਂਤ ਚੰਗਾ ਲੱਗਦਾ, ਗੁਆਂਢੀ ਦੀ ਨਹੀਂ ਸੁਣਦੇ, ਤਾਂ ਤੁਹਾਨੂੰ ਕਿਹਨੇ ਖੁੱਲ੍ਹ ਦਿੱਤੀ ਹੈ ਗੁਰੂ ਘਰ ਤੁਹਾਡਾ ਸਿਧਾਂਤ ਲਾਗੂ ਹੋਵੇ? ਇੱਥੇ ਗੁਰੂ ਕੋਲੋਂ ਸੋਝੀ ਲਈਦੀ ਹੈ, ਆਪਣੇ ਪੱਖ ਦੀ ਪ੍ਰੋੜਤਾ ਨਹੀਂ ਕਰੀਦੀ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਸਿੱਖਣ ਆਈਦਾ ਹੈ, ਸਿਖਾਉਣ ਨਹੀਂ ਆਈਦਾ। ਤੋ ਜਦੋਂ ਵੀ ਬਹਿਣਾ ਹੈ ਚਰਨਾਂ 'ਚ ਬੈਠੋ, ਗੁਰਾਂ ਦੇ ਨਹੀਂ ਬੈਠਿਆ ਜਾਂਦਾ, ਅਰਦਾਸ ਕਰੋ, ਮਹਾਰਾਜ ਬਹਿਣ ਦੇ ਯੋਗ ਬਣਾ ਦੇਣ, ਤੁਹਾਨੂੰ ਨਵੇਂ ਦਰੋਏ ਕਰ ਦੇਣ। ਖੈਰ, ਅਕਬਰ ਕਹਿੰਦਾ ਮਹਾਰਾਜ ਮੈਂ ਜਗੀਰ ਦਾਨ ਕਰਨੀ ਹੈ, ਜਿਹਦੇ ਨਾਲ ਲੰਗਰ ਬੇਰੋਕ ਨਿਰੰਤਰ ਚੱਲਦਾ ਰਹੇ। ਗੁਰੂ ਅਮਰਦਾਸ ਹੱਸ ਪਏ, ਕਹਿੰਦੇ ਬਾਦਸ਼ਾਹ ਜੇ ਤੇਰੀ ਜਗੀਰ ਨਾਲ ਲੰਗਰ ਚੱਲਿਆ ਨਾ ਤੇ ਇਹ ਅਕਬਰ ਦਾ ਲੰਗਰ ਬਣ ਜਾਣਾ, ਗੁਰੂ ਦਾ ਲੰਗਰ ਨਹੀਂ ਰਹਿਣਾ। ਬਾਕੀ ਇਹ ਤਖ਼ਤ, ਇਹ ਤਾਜ, ਇਹ ਜਗੀਰਾਂ ਸਦੀਵੀ ਨਹੀਂ, ਗੁਰੂ ਘਰ ਇਹ ਲੰਗਰ ਸਦੀਵੀ ਚੱਲਣਾ ਹੈ। ਔਰ ਇਹਦੇ ਲਈ ਕਾਮਧੇਨ ਹੈ ਸੰਗਤ ਦੀ ਮਾਇਆ। ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਦਸਵੰਧ ਕੱਢਣਾ, ਕਿਸੇ ਪੁਜਾਰੀ ਦਾ ਹੁਕਮ ਨਹੀਂ। ਕਈ ਖਾਂਦੇ ਵੀ ਗੁਰੂ ਦਾ ਨੇ, ਸਟੇਜ ਵੀ ਗੁਰੂ ਦੀ ਵਰਤਣਗੇ ਅਤੇ ਜੌਂ ਭੰਡਣ ਲੱਗਦੇ ਜੀ, ਇਹ ਸਾਧਾਂ ਨੇ, ਇਹ ਪੁਜਾਰੀਆਂ ਨੇ ਕਾਰ ਸੇਵਾ ਸ਼ੁਰੂ ਕਰ ਦਿੱਤੀ, ਇੱਦਾਂ ਦਾ ਕੁਝ ਨਹੀਂ ਹੈ।
ਗੁਰਾਂ ਦਾ ਹੁਕਮ ਹੈ ਦਸਵੰਧ ਕੱਢਣਾ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਜਿਹਨੂੰ ਅਕਾਲ ਪੁਰਖ ਦੀ ਪ੍ਰਾਪਤੀ ਦੀ ਇੱਛਾ ਹੈ, ਕਹਿੰਦੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਦਸਵੰਧ ਕੱਢੋ। ਕਿਸੇ ਲੋੜਵੰਦ ਦੇ ਗਲੂਏ 'ਚੋਂ ਤੁਹਾਡੀ ਬੋਟੀ ਉੱਤਰ ਗਈ, ਉਹ ਦੁਆ ਦੇਵੇਗਾ, ਤੁਹਾਡਾ ਜੀਵਨ ਸਫਲਾ ਹੋ ਜਾਵੇਗਾ। ਗੁਰ ਸਾਗਰ ਪੂਰਾ ਭੰਡਾਰ, ਗੁਰੂ ਦੇ ਭੰਡਾਰੇ ਸਦਾ ਹੀ ਭਰੇ ਰਹਿੰਦੇ ਨੇ ਬਾਦਸ਼ਾਹ, ਇਹ ਲੰਗਰ ਚੱਲਦਾ ਰਹੇਗਾ, ਤੇਰੀ ਜਗੀਰ ਅਸੀਂ ਪ੍ਰਵਾਨ ਨਹੀਂ ਕਰਦੇ। ਕਹਿੰਦਾ ਮਹਾਰਾਜ, ਮੈਂ ਮੰਨਦਾ ਹਾਂ ਲੰਗਰ ਤੁਹਾਡੀ ਸੰਗਤ ਦੇ ਦਸਵੰਧ ਨਾਲ ਚੱਲਦਾ, ਜੇ ਉਹਨਾਂ ਤੋਂ ਦਸਵੰਧ ਲੈਂਦੇ ਹੋ ਤਾਂ ਮੇਥੋਂ ਵੀ ਸੇਵਾ ਲੈ ਲਓ। ਇੱਕ ਨਾ ਗ੍ਰੰਥ ਹੈ ਦੇਵਨਾਗਰੀ ਭਾਸ਼ਾ ਦੇ ਵਿੱਚ, 10 ਗੁਰੂ ਜੋਤ ਦਿਵਾਕਰ ਗ੍ਰੰਥ, ਪੰਡਿਤ ਰਮਿੰਦਰ ਸਿੰਘ ਜੀ ਦਾ ਲਿਖਿਆ। ਉਹਦੇ 'ਚ ਜ਼ਿਕਰ ਹੈ ਵੀ ਗੁਰੂ ਅਮਰਦਾਸ ਜੀ ਦਸਵੰਧ ਲੈਣ ਲਈ ਮੰਨੇ, ਜਗੀਰ ਲੈਣ ਲਈ ਮੰਨੇ, ਪਰ ਦੋ ਸ਼ਰਤਾਂ ਰੱਖੀਆਂ ਅਕਬਰ ਦੇ ਅੱਗੇ। ਉਦੋਂ ਨਾ ਸਤੀ ਪ੍ਰਥਾ ਚੱਲਦੀ ਸੀ, ਜਦੋਂ ਖਸਮ ਦੀ ਮੌਤ ਹੋ ਜਾਣੀ ਤਾਂ ਉਹਦੀ ਔਰਤ ਨੂੰ ਨਾਲ ਹੀ ਚਿਖਾ 'ਚ ਧੱਕੋ ਜ਼ੋਰੀ ਸਾੜ ਦਿੱਤਾ ਜਾਂਦਾ ਸੀ ਵੀ ਤੂੰ ਦੁਹਾਗਣ ਹੈ, ਤੂੰ ਸੁਹਾਗਣ ਨਹੀਂ ਰਹੀ, ਤੈਨੂੰ ਜੀਣ ਦਾ ਕੋਈ ਹੱਕ ਨਹੀਂ ਹੈ। ਗੁਰਦੇਵ ਕਹਿੰਦੇ ਬਾਦਸ਼ਾਹ, ਜੇ ਤੇ ਸਤੀ ਪ੍ਰਥਾ ਖਤਮ ਕਰ ਦਵੇਂ ਤਾਂ ਤੇਰੀ ਜਗੀਰ ਪ੍ਰਵਾਨ ਹੈ। ਦੂਸਰੀ ਮੰਗ ਰੱਖੀ ਗਈ, ਕਾਲ ਪਿਆ ਸੀ, ਮਹਾਰਾਜ ਕਹਿੰਦੇ ਮਾਮਲਾ ਕੋਈ ਕਿਵੇਂ ਤਾਰੇ, ਤੂੰ ਮੁਆਫ਼ੀ ਦੇ ਦੇ, ਸਮਾਜ ਦੇ ਵਿੱਚ ਜੋ ਟੈਕਸ ਹੈ ਉਹ ਕਿਸੇ ਨੂੰ ਅਦਾ ਨਾ ਕਰਨਾ ਪਵੇ। ਔਰ ਬਾਦਸ਼ਾਹ ਨੇ ਦੋਵੇਂ ਹੀ ਬਚਨ ਪ੍ਰਵਾਨ ਕੀਤੇ, ਮਹਾਰਾਜ ਨੇ ਫਿਰ ਜਗੀਰ ਪ੍ਰਵਾਨ ਕੀਤੀ। ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਧੀ ਰਾਣੀ ਬੀਬੀ ਭਾਨੀ ਦੇ ਨਾਮ 84 ਪਿੰਡਾਂ ਦਾ ਪਟਾ ਲਿਖ ਕੇ ਦਿੱਤਾ। ਉਸੇ ਜ਼ਮੀਨ ਵਿੱਚ ਚੱਕ ਰਾਮਦਾਸਪੁਰ ਵਸਿਆ, ਹਰਿਮੰਦਰ ਸਾਹਿਬ ਅੰਮ੍ਰਿਤਸਰ ਵਸਿਆ, ਔਰ ਇਸ ਜ਼ਮੀਨ ਨੂੰ, ਇਹਨਾਂ ਪਿੰਡਾਂ ਨੂੰ ਸਾਂਭਣ ਵਾਲੇ ਮਹਾਂਪੁਰਸ਼ ਬਾਬਾ ਬੁੱਢਾ ਜੀ ਸਨ, ਜੋ ਬੀੜ ਬਾਬਾ ਬੁੱਢਾ ਸਾਹਿਬ ਬੈਠ ਕੇ ਇਹ ਪਿੰਡਾਂ ਦੀ ਦੇਖਭਾਲ, ਖੇਤਾਂ ਦੀ ਸੰਭਾਲ ਕਰਦੇ ਸਨ। ਪਰ ਇਹ ਨਾ ਸਮਝਿਓ ਵੀ ਮੈਂ ਸਿੱਖ ਇਤਿਹਾਸ ਨੂੰ ਪੜ੍ਹ ਕੇ ਬਚਨ ਸੁਣਾ ਦਿੱਤਾ ਇਕੱਲਾ। ਜਿੰਨੇ ਵੀ ਇੰਗਲਿਸ਼ ਦੇ ਫਿਲੋਸਫਰਾਂ ਨੂੰ ਪੜ੍ਹੋਗੇ ਉਹ ਜ਼ਿਕਰ ਕਰਦੇ ਨੇ ਵੀ ਬਾਦਸ਼ਾਹ ਇੱਥੇ ਕਦਮ ਬੋਸੀ ਕਰਨ ਆਇਆ ਹੈ। ਅਕੋਰਡਿੰਗ ਟੂ ਦਾ ਹਿਸਟੋਰੀਅਨਸ, ਐਮਪਰਰ ਅਕਬਰ ਵੰਸ ਵਿਜ਼ਿਟਡ ਗੁਰੂ ਅਮਰਦਾਸ ਇਨ ਗੋਇੰਦਵਾਲ ਨੀਅਰ ਅਬਾਊਟ 1598, 1598 ਦੇ ਇਰਦ ਗਿਰਦ ਬਾਦਸ਼ਾਹ ਇੱਥੇ ਚਰਨਾਂ ਵਿੱਚ ਆਇਆ ਗੁਰਾਂ ਦੇ। ਖੈਰ, ਉਹਨਾਂ ਦੇ ਕੌਤਕ ਗਮੀ ਨੇ। ਹੁਣ ਜਿਹੜਾ ਆਪਣੀ ਜਗ੍ਹਾ ਮੁਕਰਰ ਕਰਨਾ ਹੈ ਗੁਰਤਾ ਗੱਦੀ ਦਾ ਵਾਰਸ, ਜਿਹਨੂੰ ਗੁਰੂ ਰਾਮਦਾਸ ਆਖਦੇ ਹਾਂ, ਉਹਨਾਂ ਦੇ ਆਉਣ ਦਾ ਇੱਥੇ ਕੀ ਸਬੱਬ ਬਣਿਆ ਗੋਇੰਦਵਾਲ ਦੀ ਧਰਤੀ 'ਤੇ? 1591 ਬਿਕਰਮੀ ਸੰਮਤ ਕਤਕ ਵਧੀ ਦੂਜ, ਚੂਨਾ ਮੰਡੀ ਲਾਹੌਰ, ਭਾਈ ਹਰਦਾਸ ਮਾਤਾ ਦਇਆ ਕੌਰ ਦੇ ਗ੍ਰਹਿ ਵਿਖੇ ਬਾਲਕ ਦਾ ਆਗਾਜ਼ ਹੋਇਆ। ਪੰਥ ਪ੍ਰਕਾਸ਼ ਵਿੱਚ ਜ਼ਿਕਰ ਹੈ, ਦੇਵਨੇਤ ਐਸੀ ਹੋਈ ਬਚਪਨ ਦੇ ਵਿੱਚ ਮਾਪੇ ਚਲਾਣਾ ਕਰ ਗਏ, ਸ਼ਰੀਕਾਂ ਨੇ ਨਾ ਪੁੱਛਿਆ, ਤਾਨੇ ਮਿਹਣੇ ਮਾਰੇ, ਘੁੰਗਣੀਆਂ ਵੇਚਣੀਆਂ ਪੈ ਗਈਆਂ ਗੁਰੂ ਰਾਮਦਾਸ ਜੀ ਨੂੰ। ਨਾਨੀ ਮਾਤਾ ਨਾਲ ਲੈ ਕੇ ਆਪਣੇ ਪਿੰਡ ਬਾਸਰ ਕੇ ਆ ਗਈ।
ਹੁਣ ਬਾਸਰਕੇ ਦੇ ਮਹਾਂਪੁਰਸ਼ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਨਾਨਕ ਦੇ ਤਖਤ ਦੇ ਵਾਰਸ ਬਣੇ ਹੀ ਸਨ, ਗੋਇੰਦਵਾਲ ਸਾਹਿਬ ਪ੍ਰਗਟ ਸਨ, ਸੰਗਤਾਂ ਦਰਸ਼ਨ ਲਈ ਆਉਂਦੀਆਂ ਨੇ, ਰੋਗ ਸੋਗ ਮਿਟ ਜਾਣ। ਸੰਗਤ ਦੇ ਨਾਲ ਨਾਨੀ ਮਾਤਾ ਨੇ ਗੁਰੂ ਰਾਮਦਾਸ ਜੀ ਨੂੰ ਬਾਸਰਕੇ ਤੋਂ ਗੋਇੰਦਵਾਲ ਲਿਆਉਣਾ ਕੀਤਾ। ਦਿਨ ਰਾਤ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਸੇਵਾ ਕਰਨੀ। ਸਮਾਂ ਗੁਜ਼ਰਦਾ ਗਿਆ, ਗੁਰੂ ਅਮਰਦਾਸ ਜੀ ਦੇ ਘਰ ਵਿੱਚ ਦੋ ਸਾਹਿਬਜ਼ਾਦੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਦੋ ਸੁਪੁੱਤਰੀਆਂ ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਸਨ। ਬੀਬੀ ਦਾਨੀ ਜੀ ਦਾ ਵਿਆਹ ਬਾਬਾ ਰਾਮਾ ਜੀ ਨਾਲ ਹੋਇਆ ਸੀ। ਬੀਬੀ ਭਾਨੀ ਜੀ ਵਿਆਹੁਣ ਦੇ ਯੋਗ ਸਨ। ਇੱਕ ਦਿਨ ਦਾਨੇ ਪ੍ਰਦਾਨੇ ਘਰ ਵਿੱਚ ਬੈਠੇ ਲੋਕਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਬੀਬੀ ਭਾਨੀ ਵਿਆਹੁਣ ਦੇ ਯੋਗ ਹੈ, ਕੋਈ ਲਾਇਕ ਵਰ ਮਿਲਣਾ ਚਾਹੀਦਾ ਹੈ। ਉਹ ਜਿਹੜਾ ਭਾਈ ਜੇਠਾ ਸੇਵਾ ਕਰਦਾ ਨਾ, ਬੜਾ ਨੇਕਨਾਮੀ, ਤੁਹਾਡੇ ਕਹੇ ਵਿੱਚ ਚੱਲਦਾ, ਕੋਈ ਐਸਾ ਯੋਗ ਵਰ ਹੋਵੇ। ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਕਹਿਓ ਯਾਹੇ ਸਮ ਇਹੀ ਹੈ, ਔਰ ਨਹੀਂ ਜਗ ਕੋਏ, ਸ਼ਗਨ ਸਗਾਈ ਦੈ ਤਬੈ ਪੁੰਨ ਵਿਵਾਹ ਦੀਏ ਸੋਏ। ਮਹਾਰਾਜ ਕਹਿੰਦੇ ਫਿਰ ਬਾਬੇ ਜੇਠੇ ਵਰਗਾ, ਗੁਰੂ ਰਾਮਦਾਸ ਵਰਗਾ ਤੇ ਗੁਰੂ ਰਾਮਦਾਸ ਹੀ ਹੈ, ਕੋਈ ਹੋਰ ਨਹੀਂ। ਸ਼ਗਨ ਦੀ ਜਿਹੜੀ ਰੀਤ ਹੈ ਉਹਨੂੰ ਚੋਲਾ ਪਹਿਨਾਇਆ ਗਿਆ, ਸਮਾਂ ਪਾ ਕੇ ਬੀਬੀ ਭਾਨੀ ਜੀ ਨਾਲ ਵਿਆਹ ਕਰ ਦਿੱਤਾ ਗਿਆ। ਇੱਕ ਵਾਰ ਵੀ ਜ਼ਿਹਨ ਵਿੱਚ ਗੁਰੂ ਰਾਮਦਾਸ ਨੇ ਇਹ ਨਹੀਂ ਲਿਆਂਦਾ ਵੀ ਮੈਂ ਗੁਰੂ ਘਰ ਦਾ ਦਾਮਾਦ ਬਣ ਗਿਆ, ਮੈਂ ਤਿੰਨਾਂ ਲੋਕਾਂ ਦੇ ਖਸਮ ਗੁਰੂ ਅਮਰਦਾਸ ਦਾ ਜਵਾਈ ਬਣ ਗਿਆ। ਜਦੋਂ ਵੀ ਗੁਰਾਂ ਦੇ ਚਰਨਾਂ ਵਿੱਚ ਆਏ ਨੇ ਇੱਕ ਮੁਰੀਦ ਦੇ ਤੌਰ 'ਤੇ, ਇਹ ਰਿਸ਼ਤਾ ਅਧਿਆਤਮਕ ਬਹੁਤਾ ਸੀ, ਦੁਨਿਆਵੀ ਘੱਟ ਸੀ। ਵੈਸੇ ਵੀ ਬਾਣੀ ਨੇ ਸਾਨੂੰ ਇਹ ਸਮਝਾਇਆ ਹੈ, ਗੁਰੂ ਦੇ ਨਾਲ ਸਾਰੇ ਹੀ ਰਿਸ਼ਤੇ ਨੇ, ਉਹ ਮਾਈ ਵੀ ਹੈ, ਉਹ ਬਾਪ ਵੀ ਹੈ, ਮੁਰਸ਼ਦ ਵੀ ਹੈ। ਤੋ ਸਿੱਖ ਹਮੇਸ਼ਾ ਭਾਵਨਾ ਰੱਖਦਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰਾ। ਦਿਨ ਰਾਤ ਸੇਵਾ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਲੱਗੇ ਰਹਿੰਦੇ ਨੇ। ਬੀਬੀ ਭਾਨੀ ਜੀ ਤਾਂ ਬਚਪਨ ਤੋਂ ਹੀ ਪਿਤਾ ਦੀ ਬਹੁਤ ਸੇਵਾ ਕਰਿਆ ਕਰਦੇ ਸਨ। ਸੇਵਾ ਕਰਨੀ ਬੜੀ ਔਖੀ ਹੈ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ, ਸ਼ਬਦ ਮਿਲਹਿ ਤਾ ਹਰ ਮਿਲੈ, ਸੇਵਾ ਪਵੈ ਸਭ ਥਾਏ। ਸੇਵਾ ਨਾਲ ਪ੍ਰਭੂ ਮਿਲਦੇ ਨੇ। ਕਹਿੰਦੇ ਜਦੋਂ ਕਰਨੀ ਹੈ ਅਹੰਗ ਛੱਡ ਕੇ ਕਰਨੀ ਹੈ। ਗੁਰੂ ਰਾਮਦਾਸ ਨੇ ਇੱਕ ਤਾਂ ਇਹ ਪੱਖ ਪਾਸੇ ਰੱਖ ਦਿੱਤਾ ਵੀ ਮੈਂ ਘਰ ਜਵਾਈ ਹਾਂ, ਮੈਂ ਸੋਢੀ ਕੁੱਲ ਵਿੱਚੋਂ ਹਾਂ, ਮੇਰਾ ਮਰਾਤਬਾ ਕੋਈ ਉੱਚਾ ਹੈ, ਜਾਤ ਦਾ, ਰੁਤਬੇ ਦਾ, ਪੈਸੇ ਦਾ, ਗੁਣਾਂ ਦਾ, ਗਿਆਨ ਦਾ ਹੰਕਾਰ ਛੱਡ ਕੇ ਗੁਰੂ ਘਰ ਆਇਆ ਕਰੋ, ਇਹ ਬੂਹੇ ਤੋਂ ਬਾਹਰ ਛੱਡ ਆਇਆ ਕਰੋ ਜੋ ਕੋਈ ਤੁਹਾਡੇ ਪੱਲੇ ਹੈ, ਇੱਥੇ ਖਾਲੀ ਭਾਂਡਾ ਲੈ ਕੇ ਮੰਨਦਾ ਆਇਆ ਕਰੋ, ਸਿੱਖ ਬਣ ਕੇ ਆਇਆ ਕਰੋ। ਅਤੇ ਜਿਹੜਾ ਇਸ ਪ੍ਰਕਾਰ ਨਾਲ ਸੇਵਾ ਕਰਦਾ ਉਹੀ ਗੁਰੂ ਪਰਮੇਸ਼ਰ ਵਿੱਚ ਅਭੇਦ ਹੁੰਦਾ ਹੈ।
ਧਨ ਧਨ ਸੇਵਾ ਸਫਲ ਸਤਿਗੁਰੂ ਕੀ, ਜਿੱਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਦੇ ਜੀਵਨ ਵਿੱਚ ਜਿੰਨਾ ਚਾਹੇ ਦੁੱਖ ਹੋਵੇ ਮਿਟਦਾ, ਸੁਖ ਪ੍ਰਾਪਤ ਹੁੰਦਾ। ਹੁਣ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਅਗਲੇ ਵਾਰਸ ਦੀ ਚੋਣ ਕਰਨੀ ਹੈ, ਔਰ ਚੋਣ ਕਰਨ ਦੀ ਕਸਵੱਟੀ ਹੈ ਸੇਵਾ, ਸਿਮਰਨ, ਭਾਵਨਾ, ਹੁਕਮ ਮੰਨਣਾ, ਨਿਰਮਾਣਤਾ। ਦੁਨੀਆ ਦੇ ਸਾਵੇਂ ਇਹੀ ਐਗਜ਼ਾਮ ਹੋਵੇਗਾ, ਪੇਪਰ ਹੋਵੇਗਾ, ਕਿਉਂਕਿ ਤੁਹਾਡੇ ਮੇਰੇ ਵਰਗਿਆਂ ਦੇ ਅੰਦਰ ਕਦੇ ਵਹਿਮ ਨਾ ਰਹਿ ਰਹੇ ਵੀ ਸਾਡੀ ਸੇਵਾ ਬਹੁਤੀ ਸੀ, ਗੱਦੀ ਨਹੀਂ ਮਿਲੀ। ਵੈਸੇ ਗੁਰਤਾ ਗੱਦੀ ਅਕਾਲ ਪੁਰਖ ਤੋਂ ਹੀ ਮੁਕਰਰ ਸੀ ਵੀ ਮੈਂ ਕਿਹੜੇ ਕਿਹੜੇ 10 ਸਰੀਰ ਧਾਰਨੇ ਨੇ, ਕਿਉਂਕਿ ਜੇ ਇਕੱਲੀ ਸੇਵਾ ਨਾਲ ਗੱਦੀ ਮਿਲਦੀ ਤਾਂ ਬਾਬਾ ਬੁੱਢਾ ਸਾਹਿਬ ਨਾਲੋਂ ਵੱਧ ਸੇਵਾ ਕਿਸੇ ਦੀ ਨਹੀਂ ਗੁਰੂ ਘਰ 'ਚ। ਬਾਣੀ ਦਾ ਫੁਰਮਾਨ ਹੈ, ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਧੁਰਹੋਂ ਹੁਕਮ ਬੁੱਝ ਨਿਸ਼ਾਨ। ਗੁਰਾਂ ਨੇ ਜਿਹੜਾ ਧੁਰੋਂ ਹੁਕਮ ਆਇਆ ਅਕਾਲੀ, ਉਹਦੇ ਅਕੋਰਡਿੰਗ ਹੀ ਅਗਲੇ ਸਰੀਰ ਨੂੰ ਗੁਰਤਾ ਗੱਦੀ ਦਿੱਤੀ। ਚਲੋ, ਲੋਕਾਈ ਨੂੰ ਦਿਖਾਉਣ ਲਈ ਵੀ ਇਹ ਤੁਹਾਡੇ ਨਾਲੋਂ ਯੋਗ ਨੇ, ਕਸਵੱਟੀ ਵੀ ਰੱਖੀ ਗਈ। ਦੀਨ ਦੁਨੀਆ ਦੇ ਮਾਲਕ ਗੁਰੂ ਅਮਰਦਾਸ ਜੀ ਨੂੰ ਇੱਕ ਦਿਨ ਸੰਗਤ ਨੇ ਆਖਿਆ, ਮਹਾਰਾਜ, ਤੁਹਾਡੀ ਸੇਵਾ ਦੇ ਵਿੱਚ ਦਿਨ ਰਾਤ ਸੰਗਤਾਂ ਲੱਗੀਆਂ ਰਹਿੰਦੀਆਂ ਨੇ, ਪਰ ਜੇ ਸਭ ਤੋਂ ਵੱਧ ਕੇ ਭਾਵਨਾ ਨਾਲ ਕੋਈ ਸੇਵਾ ਕਰਦਾ ਹੈ, ਸਾਡੀ ਨਿਗਾਹ ਦੇ ਵਿੱਚ ਉਹ ਗੁਰੂ ਰਾਮਦਾਸ ਨੇ ਅਤੇ ਬਾਬਾ ਰਾਮਾ ਜੀ ਨੇ, ਔਰ ਸਾਨੂੰ ਇਉਂ ਲੱਗਦਾ ਦੋਵਾਂ 'ਚੋਂ ਹੀ ਗੁਰਤਾ ਗੱਦੀ ਕਿਸੇ ਇੱਕ ਨੂੰ ਮਿਲਣੀ ਹੈ। ਤੁਹਾਡਾ ਕੀ ਕਹਿਣਾ ਹੈ, ਬਾਬਾ ਰਾਮਾ ਜੀ ਅੱਗੇ ਨੇ ਜਾਂ ਗੁਰੂ ਰਾਮਦਾਸ ਅੱਗੇ ਨੇ? ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਵੇਖੋ, ਸੇਵਾ ਸਿਮਰਨ ਦੋਨੋਂ ਹੀ ਕਰਦੇ ਨੇ, ਇਹ ਬੀਜ ਬੀਜਿਆ ਕਿਸੇ ਦਾ ਜਾ ਹੀ ਨਹੀਂ ਜਾਂਦਾ। ਹਾਂ, ਜਿਹਦੇ ਵਿੱਚ ਬਹੁਤਾ ਪ੍ਰੇਮ ਹੈ, ਬਹੁਤੀ ਭਾਵਨਾ ਹੈ, ਉਹਦੀ ਖੇਤੀ ਨੂੰ ਫਲ ਬਹੁਤਾ, ਜਿਹਦੇ 'ਚ ਪ੍ਰੇਮ ਥੋੜ੍ਹਾ ਘੱਟ ਹੈ ਉਹਦੀ ਖੇਤੀ ਨੂੰ ਫਲ ਘੱਟ ਲੱਗੇਗਾ। ਆਵਾਜ਼ ਦਿੱਤੀ ਗਈ ਗੁਰੂ ਰਾਮਦਾਸ ਜੀ ਨੂੰ, ਬਾਬਾ ਰਾਮਾ ਜੀ ਨੂੰ, ਔਰ ਹੁਕਮ ਕੀਤਾ, ਇਹਾਂ ਹਮਾਰੇ ਬੈਠਣ ਕਾਰਨ ਰੁਚਰ ਬੇਦ ਕਾ ਕਰੋ ਸੁਧਾਰਨ। ਬਾਬਾ ਰਾਮਾ ਜੀ, ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਸਾਡੇ ਬੈਠਣ ਦੇ ਲਈ, ਤੁਸੀਂ ਸੋਹਣਾ ਥੜਾ ਬਣਾਓ। ਦੂਸਰੀ ਤਰਫ ਗੁਰੂ ਰਾਮਦਾਸ ਜੀ, ਇੱਕ ਥੜਾ ਤੁਸੀਂ ਬਣਾਓ, ਅਸੀਂ ਉੱਥੇ ਬੈਠਾਂਗੇ, ਸੰਗਤ ਨੂੰ ਉਪਦੇਸ਼ ਕਰਾਂਗੇ, ਬੌਲੀ ਸਾਹਿਬ ਦੀ ਸੇਵਾ ਕਰਵਾਵਾਂਗੇ। ਸਾਰੀ ਦਿਹਾੜੀ ਮੁਸ਼ਕਤ ਘਾਲ ਕੇ ਬਾਬਾ ਰਾਮਾ ਜੀ ਨੇ ਥੜਾ ਬਣਾਇਆ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ, ਬ੍ਰਿਜ ਭਾਸ਼ਾ ਹੈ, ਕਵੀ ਰਾਜ ਸੰਤੋਖ ਸਿੰਘ ਦੀ ਪੁਰਜ਼ੋਰ ਕਲਮ ਹੈ, ਕਹਿੰਦੇ, ਇਹ ਤੋ ਨੀਕੀ ਨਹੀਂ ਬਣਾਈ, ਬੈਠਣ ਹੇਤ ਨਾ ਹਮ ਕਹੋ ਭਾਈ। ਬਾਬਾ ਰਾਮਾ ਜੀ, ਥੜੇ ਦੀ ਕੰਧ ਟੇਢੀ ਨਿਕਲੀ ਹੈ, ਸਾਡੇ ਬੈਠਣ ਦੇ ਯੋਗ ਨਹੀਂ ਬਣਿਆ ਥੜਾ, ਢਾਹ ਦਿਓ, ਨਵਾਂ ਉਸਾਰੋ। ਬਾਬਾ ਰਾਮਾ ਜੀ ਦੇ ਮਨ 'ਤੇ ਚੋਟ ਲੱਗੀ ਵੀ ਮੈਂ ਮਿਹਨਤ ਕੀਤੀ, ਮੁਸ਼ਕਤ ਕਾਲੀ, ਜਿੱਦਾਂ ਦਾ ਥੜਾ ਆਖਿਆ ਉੱਦਾਂ ਦਾ ਹੀ ਤਾਂ ਬਣਾਇਆ, ਵੇਖਣ ਵਿੱਚ ਵੀ ਜਾਪਦਾ ਹੈ, ਠੀਕ ਹੈ,
ਪਤਾ ਨਹੀਂ ਕਿਉਂ ਨਹੀਂ ਭਾਇਆ, ਮਨ ਤਿਆਰ ਨਹੀਂ ਸੀ ਥੜਾ ਢਾਉਣ ਲਈ, ਪਰ ਹੁਕਮ ਹੈ, ਸੰਗਤ ਵੇਂਦੀ ਹੈ, ਬੱਧੋ ਰੁੱਧੀ ਦਾ ਬਚਨ ਮੰਨਣਾ ਪੈ ਗਿਆ, ਥੜਾ ਢਾ ਦਿੱਤਾ। ਗੁਰੂ ਅਮਰਦਾਸ ਪਾਤਸ਼ਾਹ ਬਾਬਾ ਗੁਰੂ ਰਾਮਦਾਸ ਜੀ ਦੇ ਕੋਲ ਗਏ। ਇਤਿਹਾਸ ਦੇ ਵਿੱਚ ਜ਼ਿਕਰ ਹੈ, ਸ਼੍ਰੀ ਗੁਰੂ ਅਮਰਦਾਸ ਪਿਖ ਕਹਿਓ ਹਮਰੋ ਆਸ਼ੈ ਤੈ ਨਹੀਂ ਲਹਿਓ। ਬਾਬਾ ਰਾਮਦਾਸ ਜੀ, ਤੁਸੀਂ ਵੀ ਸਾਡੇ ਬਚਨ ਨੂੰ ਸਮਝਿਆ ਨਹੀਂ, ਤੁਹਾਡੇ ਕੋਲੋਂ ਵੀ ਥੜਾ ਸਾਡੇ ਆਸ਼ੇ ਅਨੁਸਾਰ ਨਹੀਂ ਬਣਿਆ, ਢਾਓ ਅਤੇ ਨਵਾਂ ਬਣਾਓ। ਗੁਰੂ ਰਾਮਦਾਸ ਜੀ ਨੇ ਹੱਥ ਜੋੜ ਦਿੱਤੇ, ਮਹਾਰਾਜ ਮੇਥੋਂ ਅਵਗਿਆ ਹੋਈ, ਮੈਂ ਮਤਹੀਣ, ਮੈਂ ਬੇਸਮਝ ਭੁੱਲ ਜਾਂਦਾ ਜੋ ਤੁਸੀਂ ਸਮਝਾਉਂਦੇ ਹੋ। ਥੜਾ ਢਾਉਣਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਫਿਰ ਥੜੇ ਬਣਾਏ ਗਏ। ਗੁਰੂ ਅਮਰਦਾਸ ਪਾਤਸ਼ਾਹ ਆਖਣ ਲੱਗੇ, ਬਾਬਾ ਰਾਮਾ ਜੀ, ਕੱਲ੍ਹ ਵਰਗਾ ਹੀ ਥੜਾ ਬਣਿਆ, ਕੋਈ ਸੁਧਾਰ ਨਹੀਂ ਆਇਆ, ਬਿਨਾਂ ਅਕਲ ਤੋਂ ਮਿਹਨਤ ਵਿਅਰਥ ਗਈ, ਮੁਸ਼ਕਤ ਘਾਲੀ ਅਜਾਈ ਗਈ, ਢਾਓ ਅਤੇ ਅਕਲਮੰਦੀ ਨਾ ਬਣਾਓ। ਬਾਬਾ ਰਾਮਾ ਜੀ ਨਾ ਜਰ ਨਾ ਸਕੇ ਔਰ ਗਲੂਏ ਚੋਂ ਬੋਲ ਕੱਢੇ, ਐ ਗੁਰੂ ਅਮਰਦਾਸ ਜੀ, ਬੜੀ ਮਿਹਨਤ ਨਾਲ ਥੜਾ ਬਣਾਇਆ, ਬਣਿਆ ਵੀ ਠੀਕ ਹੈ, ਕਿੱਦਾਂ ਢਾ ਦੇਵਾਂ, ਮੁਸ਼ਕਲ ਹੈ, ਮਨ ਤਿਆਰ ਨਹੀਂ ਹੈ, ਪਰ ਕੀ ਕਰਨ। ਗੁਰੂ ਅਮਰਦਾਸ ਪਾਤਸ਼ਾਹ ਦਾ ਹੁਕਮ ਮੰਨਣਾ ਪੈ ਗਿਆ, ਢੱਠੇ ਹੋਏ ਮਨ ਦੇ ਨਾਲ ਥੜਾ ਢਾਇਆ। ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਕੋਲ ਗਏ, ਕਹਿੰਦੇ ਥੜਾ ਤੇ ਤੁਹਾਡੇ ਕੋਲੋਂ ਵੀ ਬੈਠਣ ਦੇ ਲਾਇਕ ਨਹੀਂ ਬਣਿਆ, ਲੱਗਦਾ ਕੰਨਾਂ ਨਾਲ ਗੱਲ ਸੁਣੀ ਨਹੀਂ, ਥੜਾ ਢਾ ਦਿਓ, ਤਰਤੀਬ ਦੇ ਨਾਲ ਥੜਾ ਬਣਾਓ। ਕਹਿੰਦੇ ਤੀਜੇ ਦਿਨ ਥੜੇ ਬਣਾਏ ਗਏ। ਗੁਰੂ ਅਮਰਦਾਸ ਪਾਤਸ਼ਾਹ ਦੇਖਦੇ ਨੇ, ਕਹਿਓ ਬਾਕ ਭੋ ਰਾਮੇ ਤੋਹੇ, ਕਰਿਓ ਨਹੀਂ ਜਿਮ ਭਾਖਿਓ ਮੋਹੇ। ਬਾਬਾ ਰਾਮਾ ਜੀ, ਜਿਸ ਤਰ੍ਹਾਂ ਤੁਹਾਨੂੰ ਮੈਂ ਸਮਝਾ ਕੇ ਗਿਆ, ਉਹ ਨਹੀਂ ਥੜਾ ਬਣਾਇਆ, ਬਣਤਰ 'ਚ ਰੰਚਕ ਮਾਤਰ ਵੀ ਫਰਕ ਨਹੀਂ ਪਾਇਆ, ਤੁਸੀਂ ਭੋਰਾ ਵੀ ਕਿਧਰੇ ਸੁਧਾਰ ਨਹੀਂ ਹੋਇਆ, ਇਹ ਕਾਰਜ ਠੀਕ ਨਹੀਂ ਹੈ, ਥੜਾ ਢਾ ਦਿਓ, ਨਵਾਂ ਬਣਾਓ। ਹੁਣ ਅੰਦਰ ਨਾ ਇੱਕ ਖਿਆਲ ਪੈਦਾ ਹੋਇਆ, ਕਰਤ ਵਿਚਾਰ ਸੋ ਨਿਸ਼ਚੈ ਠਾਨਾ, ਇਨਕੋ ਬਹੁ ਸਰੀਰ ਬਿਰਦਾਨਾ। ਸੋਚਦੇ ਨੇ ਗੁਰੂ ਅਮਰਦਾਸ ਬੁੱਢੇ ਹੋ ਗਏ ਨੇ, ਥੜਾ ਤੇ ਜਿੱਦਾਂ ਦਾ ਆਖਿਆ ਹੈ ਉਦਾਂ ਦਾ ਹੀ ਬਣਾਇਆ ਹੈ, ਫਰਕ ਇੱਥੇ ਹੈ ਇਹਨਾਂ ਨੂੰ ਆਪ ਨੂੰ ਹੀ ਭੁੱਲ ਜਾਂਦਾ ਵੀ ਥੜਾ ਕਿੱਦਾਂ ਦਾ ਚਾਹੀਦਾ ਸੀ। ਦੁਨੀਆਂ ਦੇ ਵਿੱਚ ਜਿੱਡਾ ਮਰਜ਼ੀ ਕੋਈ ਮਹਾਂਪੁਰਸ਼ ਹੈ, ਉਹਦਾ ਸਤਿਕਾਰ ਹੈ, ਪਰ ਗਲਤੀ ਹਰੇਕ ਤੋਂ ਹੋ ਜਾਂਦੀ ਹੈ, ਇੱਕ ਦੋ ਗਿਣਤੀ ਮਿਣਤੀ ਜਿੰਨੀ ਮਰਜ਼ੀ ਕਰ ਲਓ, ਆਮ ਬੰਦਿਆਂ ਦੀ ਗੱਲ ਛੱਡ ਦਿਓ, ਕੇਵਲ ਗੁਰੂ ਪਰਮੇਸ਼ਰ ਦੋ ਹਸਤੀਆਂ ਇਸ ਰੂਹੇ ਜ਼ਮੀਨ 'ਤੇ ਐਸੀਆਂ ਨੇ ਜਿਨ੍ਹਾਂ ਕਦੇ ਗਲਤੀ ਨਹੀਂ ਕੀਤੀ, ਕਿਉਂਕਿ ਪੂਰੇ ਨੇ,
ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਈ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਰੇ ਭੁੱਲ ਸਕਦੇ ਨੇ, ਠੀਕ ਹੈ, ਮਹਾਂਪੁਰਸ਼ਾਂ 'ਚ ਸਾਡੇ ਜਿੰਨੀਆਂ ਗਲਤੀਆਂ ਤਾਂ ਨਹੀਂ ਹੁੰਦੀਆਂ, ਪਰ ਕਿਧਰੇ ਛਿੜਕ ਜਾਂਦਾ ਬੰਦਾ ਜੇ ਨਹੀਂ ਭੁੱਲਦਾ। ਉਹ ਹੈ ਵਾਹਿਗੁਰੂ ਅਤੇ ਉਹਦਾ ਸਰਗੁਣ ਸਰੂਪ, ਦੈਟ ਸੁਪਰੀਮ ਲਾਰਡ ਐਂਡ ਗੁਰੂ, ਦੇ ਬੋਥ ਆਰ ਇਨਫੋਲੇਬਲ, ਕਦੇ ਗਲਤੀ ਨਹੀਂ ਹੁੰਦੀ, ਕਦੇ ਨਹੀਂ ਡਿੱਗਦੇ। ਤਿੰਨਾਂ ਲੋਕਾਂ ਦੇ ਖਸਮ ਨੂੰ ਬਾਬੇ ਰਾਮੇ ਨੇ ਕਹਿਤਾ ਇਹ ਭੁੱਲ ਜਾਂਦਾ, ਉਹ ਜਿਹੜੇ ਅੰਦਰ ਬੋਲ ਚੱਲੇ ਨਾ ਉਹ ਬਾਹਰ ਵੀ ਆ ਗਏ। ਕਹਿੰਦੇ ਮਹਾਰਾਜ ਥੜਾ 'ਤੇ ਜਿੱਦਾਂ ਦਾ ਆਉਂਦੇ ਸੀ ਉੱਦਾਂ ਦਾ ਹੀ ਬਣਿਆ, ਮੈਂ ਢਾਵਾਂਗਾ ਨਹੀਂ, ਇਹਦੇ 'ਤੇ ਬੈਠੋ, ਸੰਗਤ ਨੂੰ ਦਰਸ਼ਨ ਦਿਓ, ਮੈਥੋਂ ਵਾਰ ਵਾਰ ਥੜਾ ਢਹਿੰਦਾ ਤਾਂ ਬਣਦਾ ਨਹੀਂ ਹੈ। ਗੁਰਦੇਵ ਗੰਭੀਰ ਹੋ ਗਏ, ਗੁਰੂ ਰਾਮਦਾਸ ਪਾਤਸ਼ਾਹ ਪਾਸ ਗਏ, ਆਖਣ ਲੱਗੇ ਤੁਸੀਂ ਅੱਜ ਵੀ ਮਿਹਨਤ ਫਜ਼ੂਲ ਹੀ ਕੀਤੀ, ਜੈਸਾ ਕਿਹਾ ਵੈਸਾ ਥੜਾ ਨਹੀਂ ਬਣਿਆ। ਇੰਨੀ ਕਹਿਣ ਦੀ ਦੇਰ ਸੀ ਗੁਰੂ ਰਾਮਦਾਸ ਨੇ ਚਰਨ ਫੜ ਲਏ, ਹਉ ਅਜਾਨ ਨਿਤ ਭੁੱਲਨ ਹਾਰੋ ਤੁਮ ਕਿਰਪਾਲ ਨਿਜ ਬਿਰਧ ਸੰਭਾਰੋ, ਬਾਰ ਬਾਰ ਬਖਸ਼ਤ ਹੈ ਮੋਹੀ ਅਪਰਾਧੀ ਅਰ ਮੂਰਖ ਕੋਹੀ। ਐ ਗੁਰੂ ਅਮਰਦਾਸ, ਮੈਂ ਅਜਾਨ ਹਾਂ, ਮੈਂ ਭੁੱਲ ਜਾਂਦਾ ਹਾਂ, ਤੁਹਾਡਾ ਕਿੱਡਾ ਸੋਹਣਾ ਸੁਭਾਅ ਹੈ, ਮੈਨੂੰ ਡਾਂਟਦੇ ਨਹੀਂ, ਵਾਰ ਵਾਰ ਪ੍ਰੇਮ ਨਾਲ ਸਮਝਾਉਂਦੇ ਹੋ, ਥੜਾ ਢਾ ਕੇ ਮੈਂ ਦਿੰਦਾ ਬਣਾ, ਪਰ ਤੁਹਾਡੇ ਆਸ਼ੇ ਅਨੁਸਾਰ ਥੜਾ ਫਿਰ ਨਹੀਂ ਬਣਨਾ ਮੇਰੇ ਤੋਂ। ਮੇਰੇ ਸਿਰ 'ਤੇ ਹੱਥ ਰੱਖੋ ਔਰ ਆਪਣੀ ਕਿਰਪਾ ਦੇ ਨਾਲ ਥੜਾ ਬਣਵਾ ਲਓ। ਕਹਿੰਦੇ ਚਰਨਾਂ 'ਚੋਂ ਉਠਾ ਕੇ ਗੁਰੂ ਰਾਮਦਾਸ ਨੂੰ ਛਾਤੀ ਨਾਲ ਲਾ ਲਿਆ ਗੁਰੂ ਅਮਰਦਾਸ ਨੇ। ਕਹਿੰਦੇ ਬਾਬਾ ਰਾਮਦਾਸ ਜੀ, ਮੈਂ ਕੋਈ ਮਿੱਟੀ ਦੇ ਬਣੇ ਥੜੇ 'ਤੇ ਥੋੜ੍ਹੀ ਬਹਿਣਾ ਹੈ, ਥੜਾ ਤਾਂ ਠੀਕ ਹੀ ਹੈ, ਮੈਂ ਵੇਖ ਰਿਹਾ ਸੀ ਵੀ ਤੁਹਾਡੇ ਹਿਰਦੇ ਵਿੱਚ ਅੰਤਸ਼ਕਰਨ ਵਿੱਚ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਨਿਮਰਤਾ ਦਇਆ ਖਿਮਾ ਸੰਤੋਖ ਸੱਤ ਦਾ ਥੜਾ ਬਣਿਆ ਹੋਇਆ ਹੈ, ਹੁਣ ਮੈਨੂੰ ਨਜ਼ਰ ਹੀ ਆ ਗਿਆ ਤੁਹਾਡੇ ਅੰਦਰ ਇਹ ਥੜਾ ਤਿਆਰ ਹੈ, ਆਸਣ ਤਿਆਰ ਹੈ, ਅੱਜ ਤੋਂ ਬਾਅਦ ਗੁਰੂ ਅਮਰਦਾਸ ਸਦਾ ਦੇ ਲਈ ਗੁਰੂ ਰਾਮਦਾਸ ਦੇ ਹਿਰਦੇ ਦੀ ਸੇਜਾ 'ਤੇ ਬਹਿ ਗਿਆ। ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ, ਜਬ ਅੰਤਰ ਪ੍ਰੀਤ ਹਰ ਸਿਉਂ ਬਨ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਜਦੋਂ ਗੁਰੂ ਨਾਲ ਪ੍ਰੇਮ ਕਰੀਏ ਤੇ ਹਰ ਕਾਰਜ ਹੀ ਉਹਨੂੰ ਪਾਉਂਦਾ ਹੈ, ਜਿੱਥੇ ਪ੍ਰੇਮ ਨਹੀਂ ਉੱਥੇ ਉਹਨੂੰ ਥੜਾ ਨਹੀਂ ਚੰਗਾ ਲੱਗਦਾ। ਇੱਕ ਸ਼ਾਇਰ ਆਂਦਾ, ਦਿਲ ਵੀ ਝੁਕਣਾ ਚਾਹੀਏ ਸਜਦੇ ਮੇ ਸਰ ਕੇ ਸਾਥ, ਦਿਲ ਕਹੀਂ ਸਰ ਕਹੀਂ ਇਹ ਬੰਦਗੀ ਅੱਛੀ ਨਹੀਂ। ਜੇ ਝੁਕਣਾ ਹੈ, ਹੁਕਮ ਮੰਨਣਾ ਹੈ, ਦਿਲ ਕਰਕੇ ਮੰਨੋ, ਸਿਰ 'ਤੇ ਸਾਰਿਆਂ ਦਾ ਹੀ ਝੁਕਦਾ ਗੁਰੂ ਘਰ, ਦਿਲ ਕਿਤੇ ਹੋਰ ਲਾਇਆ ਸਿਰ ਕਿਤੇ ਹੋਰ ਝੁਕਾਇਆ ਹੈ, ਕਹਿੰਦੇ ਕਾਮਯਾਬੀ ਨਹੀਂ ਮਿਲਦੀ, ਮਨ ਤੇ ਤਨ ਕਰਕੇ ਗੁਰੂ ਅੱਗੇ ਝੁਕੀਦਾ ਹੈ। ਸਮਾਂ ਆਇਆ ਅਕਾਲੀ ਦਰਗਾਹੀ ਅਗੰਮੀ ਜੋਤ ਗੁਰੂ ਰਾਮਦਾਸ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਟਿਕਾ ਦਿੱਤੀ। 1631 ਬਿਕਰਮੀ ਭਾਦਰੋਂ ਸੁਧੀ ਤ੍ਰੋਦਸੀ
ਗੋਇੰਦਵਾਲ ਸਾਹਿਬ ਦੀ ਮੁਕੱਦਸ ਧਰਤੀ 'ਤੇ ਗੁਰੂ ਨਾਨਕ ਦੇ ਤਖਤ ਦਾ ਚੌਥਾ ਵਾਰਸ ਪ੍ਰਗਟ ਹੋਇਆ ਗੁਰੂ ਰਾਮਦਾਸ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ ਰਾਮਦਾਸ, ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ। ਤਿੰਨਾਂ ਲੋਕਾਂ ਦਾ ਖਸਮ ਗੁਰੂ ਰਾਮਦਾਸ ਦੁਨੀਆ 'ਤੇ ਪ੍ਰਗਟ ਹੋ ਗਿਆ। ਅੱਛਾ, ਗੁਰੂ ਦੀ ਕਰਾਮਾਤ ਵੇਖੋ, ਜਦੋਂ ਗੁਰਤਾਗਤੀ ਦੇ ਦਿੰਦੇ ਸੀ ਨਾ, ਤਕਰੀਬਨ ਹੀ ਬਹੁਤਾਤ ਵਿੱਚ ਗੁਰੂ ਸਾਹਿਬਾਨ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਸਰੀਰ ਛੱਡ ਜਾਂਦੇ ਸਨ, ਵੀ ਹੁਣ ਜੋਤ ਜਿੱਥੇ ਟਿਕਣੀ ਹੈ ਟਿਕ ਗਈ ਹੈ, ਇਹ ਚੋਲਾ ਹੁਣ ਛੱਡਣਾ ਹੈ। ਇੱਥੇ ਪਹਿਲੀ ਗੱਲ ਤਾਂ ਅਗਲਾ ਮੁਖੀ ਨਹੀਂ ਚੁਣਦੇ, ਮੁਖੀ ਚਾਲੇ ਮਾਰ ਜਾਂਦਾ ਫਿਰ ਡਾਂਗਾਂ ਖੜਕਦੀਆਂ ਸਾਡੀਆਂ। ਜੇ ਪਹਿਲਾਂ ਚੁਣ ਵੀ ਲੈਂਦੇ ਨੇ ਅਤੇ ਪਿੱਛੋਂ ਉਹ ਜ਼ਿੰਦਾ ਹੁੰਦੇ ਨੇ ਪੁਰਾਣੇ ਮੁਖੀ, ਉਹ ਫਿਰ ਬਿਆਨ ਦੇ ਦਿੰਦੇ ਜੀ ਹੁਣ ਅਸੀਂ ਬਦਲਤਾ ਬਿਆਨ, ਅਸੀਂ ਜਿੰਨਾ ਚਿਰ ਜੀਂਦੇ ਹਾਂ ਸੇਵਾ ਕਰਾਂਗੇ, ਅਗਲਾ ਫਿਰ ਵੇਖੀ ਜਾਵੇਗੀ। ਰੀਸ ਤਾਂ ਕਰਦੇ ਨੇ ਪੂਰੇ ਗੁਰੂ ਦੀ, ਪਰ ਪੱਲੇ ਕੁਝ ਨਹੀਂ ਹੈ। ਦੇਹ ਧਾਰੀ ਗੁਰੂ ਡੰਮ ਹੈ, ਕੋਈ ਬਹੁਤੀ ਅਸਮਤ ਨਹੀਂ ਹੈ, ਕੋਈ ਬਹੁਤਾ ਭਵਿੱਖ ਬਾਬਤ ਨਹੀਂ ਜਾਣਦੇ। ਠੀਕ ਹੈ, ਥੋੜ੍ਹਾ ਬਹੁਤਾ ਗਿਆਨ ਹੋ ਸਕਦਾ, ਕੋਈ ਮਹਾਤਮਾ ਹੈ ਸੰਤ ਹੈ ਉਹਦਾ ਸਤਿਕਾਰ ਹੈ, ਪਰ ਐਵੇਂ ਸਿਰ 'ਤੇ ਗੁਰੂ ਬਣਾ ਕੇ ਨਾ ਬਿਠਾਇਆ ਕਰੋ। ਗੁਰੂ ਪਰਮੇਸ਼ਰ ਵਰਗਾ ਕੋਈ ਚੰਮ ਦਾ ਲਿਫਾਫਾ ਨਹੀਂ ਹੈ ਇਸ ਰੂਹੇ ਜ਼ਮੀਨ 'ਤੇ। ਗੁਰਤਾ ਗੱਦੀ ਦਿੰਦਿਆਂ ਹੀ ਸੰਗਤ ਵਿੱਚ ਐਲਾਨ ਕਰਤਾ, ਇਮ ਦੈ ਕਰ ਸਭ ਜਗ ਗੁਰਿਆਈ, ਹਿਤ ਪਰ ਲੋਕ ਹਵੈ ਤਿਆਰ ਗੁਸਾਈ। ਮਹਾਰਾਜ ਕਹਿੰਦੇ ਅਸੀਂ ਹੁਣ ਪਰਲੋਕ ਨੂੰ ਜਾਣਾ ਹੈ, ਸਾਰੀਆਂ ਸੰਗਤਾਂ ਨੂੰ ਸੱਦੇ ਭੇਜ ਦਿੱਤੇ, ਭਾਦੋ ਕੀ ਸ਼ੁਭ ਪੂਰਨ ਮਾਸੀ ਚਹਿਤ ਸਮਾਮਨ ਗੁਰ ਅਵਿਨਾਸ਼ੀ, ਔਰ ਦਿਨ ਵੀ ਚੁਣ ਕੇ ਦੱਸਿਆ ਭਾਦੋਂ ਦੀ ਪੂਰਨਮਾਸ਼ੀ, ਅੱਜ ਦਾ ਦਿਨ ਜੋ ਮਨਾ ਰਹੇ ਹਾਂ ਤੁਸੀਂ, ਮੈਂ ਇਹ ਚੋਲਾ ਤਿਆਗ ਜਾਣਾ ਹੈ। ਸੁੱਤ ਭਰਾਤਾ ਬੰਧੂ ਸਿੱਖਦਾਸ, ਪਾਸ਼ੇ ਕਰਹੋ ਨਾ ਸ਼ੋਕ ਪ੍ਰਕਾਸ਼, ਮੁਦਤ ਰਹੋ ਹਰ ਕੇ ਗੁਣ ਗਾਵੈ ਹੈ, ਕਥਾ ਕੀਰਤਨ ਸੁਣੋ ਸੁਣਾਵੈ ਹੈ। ਕਹਿੰਦੇ ਇੱਦਾਂ ਕਰੋ, ਸਾਡੇ ਚਲਾਣੇ 'ਤੇ ਕਿਸੇ ਨੇ ਵੈਰਾਗ ਨਹੀਂ ਕਰਨਾ, ਮੈਂ ਸਰੀਰ ਨਹੀਂ ਹਾਂ, ਜੋਤ ਆ। ਦੀਵਾ ਟੁੱਟ ਜਾਂਦਾ ਹੈ, ਜੋਤ ਪ੍ਰਫੁੱਲਤ ਹੈ। ਹੁਣ ਜਦੋਂ ਚੰਦ ਛਿਪਦਾ ਹੈ ਜਾਂ ਸੂਰਜ ਛਿਪਦਾ, ਇਹ ਥੋੜ੍ਹਾ ਆਖੀਦਾ ਸੂਰਜ ਮਰ ਗਿਆ, ਚੰਦ ਮਰ ਗਿਆ, ਨਹੀਂ। ਜੋਤ ਬੁੱਝਦੀ ਹੈ, ਪ੍ਰਕਾਸ਼ ਹੁੰਦੀ ਹੈ। ਕਦੇ ਵੀ ਗੁਰੂ ਲਈ ਇਹ ਲਫ਼ਜ਼ ਨਹੀਂ ਆਪਾਂ ਵਰਤਦੇ ਵੀ ਗੁਰੂ ਜੰਮ ਪਿਆ, ਗੁਰੂ ਮਰ ਗਿਆ। ਆਪਾਂ ਆਉਂਦੇ ਹਾਂ ਗੁਰੂ ਪ੍ਰਕਾਸ਼ ਹੋ ਗਿਆ, ਗੁਰਾਂ ਦਾ ਪ੍ਰਕਾਸ਼ ਹੋਇਆ, ਗੁਰੂ ਜੋਤੀ ਜੋਤ ਸਮਾਏ। ਇਹ ਜੋਤ ਅਗਲੇ ਸਰੀਰ ਵਿੱਚ ਸਮਾਉਂਦੀ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਮੈਂ ਜੋਤ ਕਰਕੇ ਸਦਾ ਹੀ ਪ੍ਰਫੁੱਲਤ ਰਹਿਣਾ, ਕਿਸੇ ਨੇ ਰੋਣਾ ਨਹੀਂ। ਮੇਰੇ ਪਿੱਛੇ ਕੀਰਤੀ ਗਾਉਣੀ ਹੈ ਵਾਹਿਗੁਰੂ ਦੀ, ਭਾਣੇ ਨੂੰ ਮੰਨਣਾ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਨਿਰਵਾਣ ਕੀਰਤਨ। ਇੱਕ ਰਸ ਕੀਰਤੀ ਗਾਉਣੀ ਹੈ, ਕੇਸੋ ਗੋਪਾਲ ਪੰਡਿਤ ਸੱਦਿਓ ਹੋ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਪੁਰਾਣ ਕਥਾ, ਪੁਰਾਣ ਕਹਿੰਦੇ ਪ੍ਰਾਚੀਨ ਗ੍ਰੰਥਾਂ ਨੂੰ। ਸਭ ਤੋਂ ਪ੍ਰਾਚੀਨ ਕੌਣ ਹੈ? ਵਾਹਿਗੁਰੂ। ਕਹਿੰਦੇ ਸਾਡੇ ਚਲਾਣੇ 'ਤੇ ਸਾਡੇ ਨਿਰਗੁਣ ਸਰੂਪ ਹਰ ਹਰ ਦੀ ਹਰਿਆਂ ਭਰਿਆਂ ਕਰਨ ਵਾਲੀ ਕਥਾ ਕਰਨੀ ਹੈ। ਐਲਾਨ ਹੋ ਗਿਆ,
ਹਜ਼ਾਰਾਂ ਸੰਗਤਾਂ ਆਈਆਂ ਨੇ, ਅੱਜ ਗੁਰਾਂ ਨੇ ਚੋਲਾ ਛੱਡਣਾ, ਜਿਵੇਂ ਤੁਸੀਂ ਅੱਜ ਗੋਇੰਦਵਾਲ ਸਾਹਿਬ ਪਹੁੰਚੇ ਹੋ। ਸਭ ਕੇ ਦੇਖਤ ਭੀਰ ਕਨੇਰੀ, ਬਿਸਤ ਬਸਤਰ ਲੇ ਮੁਖ ਪਰ ਫੇਰੀ। ਮਹਾਰਾਜ ਨੇ ਕੁਸ਼ਾ ਦਾ ਆਸਣ ਲਾ ਲਿਆ, ਲੇਟ ਗਏ, ਆਪਣੇ ਉੱਪਰ ਚਿੱਟਾ ਬਸਤਰ ਲੈ ਲਿਆ। ਕਰਤ ਭਏ ਪਰ ਲੋਕ ਪਿਆਨਾ, ਨਭ ਮਹਿ ਕੌਤਕ ਹੋਤ ਮਹਾਨਾ। ਸਭ ਦੇਵਤੇ ਪ੍ਰਫੁੱਲਤ ਹੋ ਗਏ, ਫੁੱਲਾਂ ਦੀ ਵਰਖਾ ਹੋਈ। ਤਿੰਨਾਂ ਲੋਕਾਂ ਦਾ ਖਸਮ ਰੰਚਕ ਮਾਤਰ ਸਮੇਂ ਵਿੱਚ ਆਪਣੀ ਜੋਤ ਨੂੰ ਉਡਾਰੀ ਲਾ ਕੇ ਗੁਰੂ ਰਾਮਦਾਸ ਦੇ ਵਿੱਚ ਪ੍ਰਵੇਸ਼ ਕਰਵਾ ਦਿੰਦਾ ਹੈ। ਹੁਣ ਤੁਸੀਂ ਆਖੋਗੇ ਵੀ ਇਹ ਕਿਵੇਂ ਹੋ ਸਕਦਾ ਹੈ, ਗੁਰੂ ਆਪਣੀ ਮਰਜ਼ੀ ਨਾਲ ਚਲੇ ਜਾਣ, ਤੁਹਾਡੇ ਵਰਗੇ ਨਹੀਂ, ਇਸ ਕਰਕੇ ਹੋ ਸਕਦਾ ਹੈ। ਸਾਡੇ ਹੱਥ ਵਿੱਚ ਕੁਝ ਵੀ ਨਹੀਂ, ਨਰ ਚਾਹਤ ਕਛੇ ਔਰ ਔਰੇ ਕੀ, ਔਰੇ ਭਈ ਜੋ ਅਸੀਂ ਚਾਹੁੰਦੇ ਕਦੇ ਵੀ ਨਹੀਂ ਹੁੰਦਾ। ਪਰ ਜਿੱਥੇ ਗੁਰੂ ਦੀ ਗੱਲ ਆਉਂਦੀ ਹੈ, ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰ। ਇੱਕ ਇੰਗਲਿਸ਼ ਦਾ ਵਿਦਵਾਨ ਕਹਿੰਦਾ ਗੁਰੂ ਇਜ਼ ਆਲ ਪਾਵਰਫੁੱਲ, ਗੁਰੂ ਇਜ਼ ਫੋਰਮਲੈਸ, ਹੀ ਗੋਟ ਆਲ ਦਾ ਮਿਰੈਕੂਲੈਸ ਪਾਵਰਸ। ਦੁਨੀਆ ਦੀ ਹਰ ਕਰਾਮਾਤ ਬਾਪੂ ਗੁਰੂ ਅਮਰਦਾਸ ਕੋਲ ਹੈ, ਜੋ ਚਾਹੇ ਕਰ ਸਕਦਾ। ਤੁਹਾਨੂੰ ਪੁੱਛ ਕੇ ਆਇਆ ਨਹੀਂ ਅਤੇ ਪੁੱਛ ਕੇ ਚੋਲਾ ਛੱਡੇਗਾ ਨਹੀਂ। ਉਹਦੀ ਆਪਣੀ ਹਸਤੀ ਹੈ, ਜਦੋਂ ਮਰਜ਼ੀ ਦੀਵਾ ਬੁਝਾ ਦੇਵੇ, ਜਦੋਂ ਮਰਜ਼ੀ ਪ੍ਰਫੁੱਲਤ ਕਰ ਦੇਵੇ। 1631 ਬਿਕਰਮੀ ਭਾਦਰੋਂ ਸੁਦੀ ਪੂਰਨਮਾਸ਼ੀ ਵਾਲੇ ਦਿਨ ਅੱਜ ਦਾ ਦਿਹਾੜਾ ਸੀ। ਗੋਇੰਦਵਾਲ ਦੀ ਮੁਕੱਦਸ ਧਰਤੀ 'ਤੇ ਗੁਰੂ ਅਮਰਦਾਸ ਪਾਤਸ਼ਾਹ ਚੋਲਾ ਤਿਆਗਦੇ ਨੇ। ਚੋਲਾ ਤਿਆਗਣ ਤੋਂ ਬਾਅਦ ਮਹਾਰਾਜ ਦੀ ਪਾਕ ਅਰਥੀ ਨੂੰ ਚਾਰ ਮਹਾਂਪੁਰਸ਼ਾਂ ਮੋਢਾ ਲਾਇਆ, ਗੁਰੂ ਰਾਮਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਮੋਹਰੀ ਜੀ ਅਤੇ ਭਾਈ ਬੱਲੂ ਜੀ। ਬਿਬਾਨ ਨੂੰ ਮੋਢਾ ਲਾ ਕੇ ਤੁਰ ਪਏ। ਜਦੋਂ ਚਿਖਾ ਸੱਜ ਗਈ, ਚੰਦਨ ਦੀ ਚਿਖਾ 'ਤੇ ਪਏ ਹੋਏ ਗੁਰੂ ਅਮਰਦਾਸ ਪਾਤਸ਼ਾਹ ਔਰ ਚਿਖਾ ਵਾਲੀ ਜਿਹੜੀ ਸੇਵਾ ਹੈ ਅਗਨ ਭੇਟ ਕਰਨ ਦੀ, ਉਹ ਮਹਾਰਾਜ ਦੇ ਫਰਜ਼ੰਦ ਬਾਬਾ ਮੋਹਰੀ ਜੀ ਨੇ ਨਿਭਾਈ। ਸਰੀਰ ਮਿਟ ਗਿਆ, ਜੋਤ ਗੁਰੂ ਰਾਮਦਾਸ ਵਿੱਚ ਵੀ ਔਰ ਆਪਣੇ ਸਾਰਿਆਂ ਦੇ ਵਿੱਚ ਜਿਹੜੀ ਰੂਹ ਹੈ ਉਸੇ ਅਕਾਲ ਪੁਰਖ ਦੀ ਹੈ ਜਿਹਦਾ ਸਰੂਪ ਗੁਰੂ ਅਮਰਦਾਸ ਨੇ। ਤੂੰ ਸਤਿਗੁਰ ਚੌਹੋ ਜੁਗੀ, ਆਪ ਆਪੇ ਪਰਮੇਸ਼ਰ, ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰਹੋ ਤੁਰ। ਤੂੰ ਚੌਵਾਂ ਯੁੱਗਾਂ ਵਿੱਚ ਹੈ, ਕਲਯੁੱਗ ਵਿੱਚ ਠੀਕ ਹੈ ਸਾਡਾ, ਤੂੰ ਗੁਰੂ ਬਣ ਕੇ, ਗੁਰੂ ਅਮਰਦਾਸ ਬਣ ਕੇ ਆਇਆ। ਤੇਰੇ ਸਰੀਰ ਕਰਕੇ ਆਉਣ ਤੋਂ ਪਹਿਲਾਂ ਵੀ ਤੇਰੀ ਜੋਤ ਹਰ ਜ਼ਰੇ ਵਿੱਚ ਪ੍ਰਫੁੱਲਤ ਸੀ। ਇੱਕ ਗੱਲ ਉੱਥੇ ਕਵੀਰਾਜ ਸੰਤੋਖ ਸਿੰਘ ਨੇ ਕਹੀ, ਕਹਿੰਦਾ ਸਭ ਤੋਂ ਵੱਡੀ ਅਜ਼ਮਤ ਗੁਰੂ ਅਮਰਦਾਸ ਦੀ ਇਹ ਹੈ ਗੋਇੰਦਵਾਲ ਵਿੱਚ, ਕਿਧਰੇ ਮਾਈ ਪਾਵੇ ਵੈਣ। ਅਤੇ ਮਹਾਰਾਜ ਨੇ ਪੁੱਛਿਆ ਸਿੱਖਾਂ ਨੂੰ, ਵੈਰਾਗ ਕਿਸ ਗੱਲ ਦਾ? ਕਹਿੰਦੇ ਜੀ ਬੱਚਾ ਪੂਰਾ ਹੋ ਗਿਆ, ਵੇਲ ਵਧੀ ਸੀ ਪਰ ਕੱਟੀ ਗਈ। ਗੁਰਦੇਵ ਏਡੇ ਦਰਵੇ ਧਿਰਦੇ ਵਾਲੇ ਕਹਿੰਦੇ, ਜਿੰਨਾ ਚਿਰ ਇਸ ਰੂਹੇ ਜ਼ਮੀਨ 'ਤੇ ਮੈਂ ਹਾਂ, ਕਿਸੇ ਮਾਈ ਦਾ ਲਾਲ ਅੱਖਾਂ ਦੇ ਸਾਵੇਂ ਨਹੀਂ ਮਿਟੇਗਾ। ਕਵੀਰਾਜ ਸੰਤੋਖ ਸਿੰਘ ਕਹਿੰਦੇ, ਧਰਮ ਰਾਏ ਕੀ ਕਾਣ ਚੁਕਾਈ, ਗੋਇੰਦਵਾਲ ਨਾ ਕਿਸ ਮ੍ਰਿਤੂ ਪਾਈ, ਇਸ ਤੇ ਪਰੈ ਅਪਰ ਵਡਿਆਈ, ਕਰ ਉਪਕਾਰ ਕਹੋ ਕਿਆ ਪਾਈ। ਕਹਿੰਦੇ ਇਦੋਂ ਵੱਡੀ ਵਡਿਆਈ ਕੀ ਕਵਾਂ,
ਜਿੰਨਾ ਚਿਰ ਗੁਰੂ ਅਮਰਦਾਸ ਪ੍ਰਗਟ ਰਹੇ ਇਸ ਰੂਹੇ ਜ਼ਮੀਨ ਤੇ ਕਿਸੇ ਮਾਈ ਦਾ ਲਾਲ ਨਹੀਂ ਮੋਇਆ। ਤੇ ਜਦੋਂ ਮਹਾਰਾਜ ਇਹ ਅਜ਼ਮਤ ਰੱਖਦੇ ਨੇ ਵੀ ਕਾਲ ਵੀ ਬੰਨਿਆ ਹੋਇਆ ਹੈ ਤੇ ਸਮਝ ਆਉਣੀ ਚਾਹੀਦੀ ਹੈ ਵੀ ਕੋਈ ਆਮ ਇਨਸਾਨ ਨਹੀਂ ਹੈ, ਅਕਾਲ ਸਰੂਪ ਨੇ ਗੁਰਦੇਵ। ਤੋ ਮਹਾਰਾਜ ਸਰਬ ਕਲਾ ਸਮਰੱਥ ਨੇ ਭਵਸਾਗਰ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਤੀਸਰੇ ਵਾਰਸ ਬਣ ਕੇ ਪ੍ਰਫੁੱਲਤ ਹੋਏ, ਲੋਕਾਈ ਨੂੰ ਤਾਰਿਆ, ਬੇਅੰਤ ਸੇਵਾਵਾਂ ਕਰਵਾਈਆਂ, ਸਿੱਖੀ ਦਾ ਮਹਾਨ ਕੇਂਦਰ ਸ਼੍ਰੀ ਗੋਇੰਦਵਾਲ ਸਾਹਿਬ ਬਣਾਉਣਾ ਕੀਤਾ। ਇਹ ਜਿੰਨੀ ਕੁ ਮੈਂ ਮਹਿਮਾ ਗਾਈ ਹੈ ਇਹਨੂੰ ਇੱਦਾਂ ਹੀ ਸਮਝੋ ਇੱਕ ਸਾਗਰ 'ਚੋਂ ਬੁਲਬਲਾ ਹੀ ਗਾਇਆ ਗਿਆ, ਨਾ ਇਹਦੋਂ ਵੱਧ ਕੋਈ ਗਿਆਨੀ ਧਿਆਨੀ, ਕੋਈ ਕਵੀ, ਕੋਈ ਰਾਗੀ, ਕੋਈ ਢਾਡੀ ਗੁਰੂ ਅਮਰਦਾਸ ਨੂੰ ਗਾ ਹੀ ਸਕਦਾ। ਗੁਰ ਕੀ ਮਹਿਮਾ ਕਿਆ ਕਹਾ, ਗੁਰ ਵਿਵੇਕ ਸਤ ਸਰ ਹੋ ਆਦ ਜੁਗਾਦੀ ਜੁਗ ਜੁਗ ਪੂਰਾ ਪਰਮੇਸ਼ਰ। ਪਰਮੇਸ਼ਵਰ ਹੈ ਗੁਰੂ। ਭਾਈ ਨੰਦ ਲਾਲ ਨੂੰ ਪੁੱਛੋ, ਵਾਕਿਆ ਹੀ ਮੌਤ ਅਧੀਨ ਸੀ ਗੁਰੂ ਅਮਰਦਾਸ ਦੇ? ਫਾਰਸੀ 'ਚ ਜਵਾਬ ਦਿੱਤਾ ਉਹਨਾਂ, ਕਹਿੰਦੇ ਨੇ ਮਲਕੁਲ ਮੌਤੇ ਗਾਲਿਬ ਮਗਲੂਬਸ਼ ਵਾ ਸੁਲਤਾਨੇ ਮਲਕੂਤ ਮੋਹਾਇਬ ਮਹਿਲੂਬਸ਼। ਇੱਥੇ ਇੱਕ ਲਫ਼ਜ਼ ਵਰਤਿਆ ਹੈ ਮਲਕੁਲ ਮੌਤੇ, ਮਸੈਂਜਰ ਆਫ ਡੈਥ, ਮੌਤ ਦਾ ਦੇਵਤਾ। ਇਹ ਵੀ ਗੁਰੂ ਅਮਰਦਾਸ ਦਾ ਪਾਣੀ ਭਰਦਾ ਹੈ, ਇਹਦੇ 'ਤੇ ਵੀ ਗੁਰੂ ਅਮਰਦਾਸ ਦਾ ਹੀ ਜ਼ੋਰ ਹੈ। ਮਰਜ਼ੀ ਨਾਲ ਪ੍ਰਗਟ ਨੇ, ਮਰਜ਼ੀ ਨਾਲ ਚੋਲਾ ਛੱਡ ਸਕਦੇ ਨੇ, ਅਗਲਾ ਚੋਲਾ ਧਾਰ ਸਕਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਦੀ ਹਸਤੀ ਬੜੀ ਬੁਲੰਦ ਹੈ। ਮਲਕੂਤ ਵੱਡੇ ਵੱਡੇ ਇੰਦਰ ਵਰਗੇ ਦੇਵਤੇ, ਮੋਹਾਇਬ ਉਹ ਵੀ ਗੁਰਾਂ ਦੇ ਦਰਬਾਰੀ ਨੇ, ਚਰਨਾਂ 'ਚ ਰਹਿਣ ਵਾਲੇ ਨੇ। ਕਿਉਂਕਿ ਭਾਈ ਨੰਦ ਲਾਲ ਕਹਿੰਦੇ ਗੁਰੂ ਆਮ ਇਨਸਾਨ ਨਹੀਂ, ਸੱਚਖੰਡ ਦਾ ਮਾਲਕ ਅਕਾਲ ਪੁਰਖ ਹੈ, ਸਭ ਦੇਵੀ ਦੇਵਤੇ ਉਹਦੇ ਚਰਨਾਂ ਵਿੱਚ ਰਹਿੰਦੇ ਨੇ। ਬਾਣੀ ਦਾ ਫੁਰਮਾਨ ਹੈ, ਤੁਮਰੀ ਕਿਰਪਾ 'ਤੇ ਛੂਟੀਐ ਬਿਨਸੈ ਅਹੰਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ। ਮੁਕਤੀ ਦਾ ਦਾਤਾ ਗੁਰੂ ਅਮਰਦਾਸ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਹੈ। ਕੀਤਾ ਲੋੜ ਹੈ ਸੋ ਕਰ ਹੈ, ਤੁਝ ਬਿਨ ਕਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਗੁਰੂ ਅਮਰਦਾਸ ਦਾ ਪ੍ਰਤਾਪ ਵੇਖ ਕੇ ਜਮਦੂਤ ਵੀ ਜੂਆਂ ਛੱਡ ਗਏ ਗੋਇੰਦਵਾਲ ਵਿੱਚੋਂ। ਐਸੀ ਹਸਤੀ ਗੁਰੂ ਅਮਰਦਾਸ ਗੁਰੂ ਰਾਮਦਾਸ ਦੀ ਹੈ। ਆਪ ਸਰਬੱਤ ਸੰਗਤਾਂ ਅੱਜ ਇੱਥੇ ਸ਼ਤਾਬਦੀ ਸਮਾਗਮਾਂ ਵਿੱਚ ਪਹੁੰਚੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਬੋਰ ਧਾਰਮਿਕ ਸੰਸਥਾ, ਆਪ ਸੰਗਤ ਦੇ ਸਹਿਯੋਗ ਨਾਲ ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤ ਦਿਵਸ ਮਨਾ ਰਹੀ ਹੈ, ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਤਾਗਦੀ ਦਿਵਸ ਮਨਾ ਰਹੀ ਹੈ। ਪ੍ਰਬੰਧਕ ਕਮੇਟੀ ਦਾ, ਸੰਗਤਾਂ ਦਾ ਧੰਨਵਾਦ। ਸਟੇਟ ਸੈਕਟਰੀ ਦੀ ਸੇਵਾ ਨਿਭਾ ਰਹੇ ਸਤਿਕਾਰਯੋਗ ਗਿਆਨੀ ਸਰਬਜੀਤ ਸਿੰਘ ਜੀ ਹੁਣਾਂ ਦਾ ਧੰਨਵਾਦ। ਮੇਰੇ ਨਾਲ ਇੱਥੇ ਸੰਤ ਬਾਬਾ ਪ੍ਰਤਾਪ ਸਿੰਘ ਜੀ ਨਾਨਕਸਰ ਬਾਜਪੁਰ ਵਾਲੇ ਆਏ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾਂ, SGPC ਦੇ ਸਮੂਹ ਮੈਂਬਰ ਸਾਹਿਬਾਨ ਜਥੇਦਾਰ ਗੁਰਬਚਨ ਸਿੰਘ ਜੀ ਕਰਮੂ ਵਾਲਾ, ਸਾਰਿਆਂ ਦਾ ਧੰਨਵਾਦ। ਖੰਡੇ ਦੀ ਪੌਲ ਛਕੋ ਗੁਰੂ ਵਾਲੇ, ਬਣੋ ਇਹ ਜੀਵਨ ਸਫਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ